ਸਖਾਵਨ ਆਸਬ ਅੱਜ ਸਾਡੇ ਪ੍ਰੋਹਣੇ ਨੇ, ਮਹਿਮਾਨ ਨੇ। ਅਸਲਾਮ ਅਲੈਕੁਮ ਜੀ। ਵਾਲੇਕੁਮ ਅਸਲਾਮ ਹਸਨ ਭਾਈ, ਥੈਂਕ ਯੂ ਸੋ ਮੱਚ, ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਿੰਨੀ ਅੱਜ ਇੱਜ਼ਤ ਦੇ ਦਿੱਤੀ ਹੈ, ਮੈਂ ਥੋੜ੍ਹਾ ਜਿਹਾ ਘਬਰਾਉਣ ਲੱਗ ਪਿਆ ਕਿ ਅੱਗੇ ਕੀ ਹੋਣ ਵਾਲਾ। ਮੇਰਾ ਨਿਕਨੇਮ ਕੀ ਤੁਹਾਡਾ? ਨਿਕਨੇਮ ਹੈ ਮੇਰਾ ਪੱਪੂ। ਆਹਾ, ਪੱਪੂ। ਵਾਹ। ਮੇਰੀ ਵਾਲਦਾ, ਅੱਲਾ ਜਨਨ ਨਸੀਬ ਕਰੇ, ਵਾਲਦ ਸਾਹਿਬ ਉਹਨਾਂ ਨੂੰ ਵੀ ਅੱਲਾ ਜਨਨ ਨਸੀਬ ਕਰੇ, ਦੋਵੇਂ ਜਦੋਂ ਮੈਂ ਸਖਾਵਤ ਵੀ ਹੋ ਗਿਆ ਲੇਕਿਨ ਉਹ ਮੈਨੂੰ ਪੱਪੂ ਹੀ ਕਹਿੰਦੇ ਰਹੇ। ਅੱਛਾ। ਅਤੇ ਕਾਫੀ ਹੁਣ ਅਰਸਾ ਹੋ ਗਿਆ ਇਸ ਨਾਂ ਨੂੰ ਤਰਸ ਗਏ, ਕੋਈ ਲੈਂਦਾ ਨਹੀਂ ਪੱਪੂ ਕਹਿ ਕੇ, ਉਹਨੂੰ ਕੋਈ ਨਹੀਂ ਬੁਲਾਉਂਦਾ। ਅੱਛਾ, ਮਾਂ ਜੀ ਪੱਪੂ ਕਹਿ ਕੇ ਬੁਲਾਉਂਦੇ ਸਨ? ਅੰਮਾ ਹਮੇਸ਼ਾ ਪੱਪੂ ਕਿਹਾ, ਵਾਲਦ ਸਾਹਿਬ ਵੀ ਪੱਪੂ ਕਹਿ ਕੇ ਬੁਲਾਉਂਦੇ ਸਨ। ਅਤੇ ਚੰਦ ਦੋਸਤ ਹੁਣ ਹੈ ਨੇ ਜਿਹੜੇ ਉਸ ਨਾਮ ਤੋਂ ਮਿਲਣ ਅਤੇ ਉਹ ਬਚਪਨ ਦੇ ਨਾਮ ਤੋਂ ਬੁਲਾਉਂਦੇ ਨੇ, ਜਾਣਦੇ ਨੇ। ਅੱਛਾ, ਮਾਂ ਜੀ ਜਦੋਂ ਤੁਹਾਨੂੰ ਪੱਪੂ ਕਹਿੰਦੇ ਸਨ ਔਰ ਤੁਸੀਂ ਛੋਟੇ ਸੋ, ਔਰ ਵੈਸੇ ਤਾਂ ਮਾਂ ਬਾਪ ਕਿਸੇ ਵੀ ਮਕਸਦ ਵਾਸਤੇ ਆਵਾਜ਼ ਦਿੰਦੇ ਨੇ, ਕੋਈ ਗੱਲ ਸਮਝਾਉਣੀ ਹੋਵੇ, ਕੋਈ ਕੰਮ ਦਾ ਕਹਿਣਾ ਹੋਵੇ, ਜਾਂ ਕੋਲ ਬੁਲਾਉਣਾ ਹੋਵੇ। ਖਾਸ ਇੱਕ ਵਕਤ ਹੁੰਦਾ ਜਦੋਂ ਮਾਂ ਜਾਂ ਬਾਪ ਉਹ ਵੇਲਾ ਜਿਹੜਾ ਇੱਕ ਉਹਨਾਂ ਦੀ ਮਮਤਾ ਦਾ ਔਰ ਮੁਹੱਬਤ ਭਰਿਆ ਵੇਲਾ ਹੁੰਦਾ ਕਿ ਵੀ ਪੱਪੂ ਗੱਲ ਸੁਣ, ਫਿਰ ਪੱਪੂ ਨੱਸ ਕੇ ਆਉਂਦਾ ਅਤੇ ਮਾਂ ਉਹਨੂੰ ਗਲੇ ਲਾ ਲੈਂਦੀ ਹੈ। ਬਿਲਕੁਲ ਸਹੀ। ਮੇਰੇ ਵਾਲਦ ਅੱਲਾ ਉਹਨੂੰ ਜਨਮ ਨਸੀਬ ਕਰੇ, ਬਹੁਤ ਹੀ ਸਾਦਗੀ ਪਸੰਦ ਸਨ, ਬਹੁਤ ਹੀ ਸਾਦਾ, ਜਿਵੇਂ ਕਹੀਦਾ ਕਿ ਸੱਚੀ ਮੁੱਚੀ ਸਾਦਾ ਔਰਤਾਂ ਨੇ ਜਿਹੜੀਆਂ ਹੁੰਦੀਆਂ ਘਰੇਲੂ, ਕਿਸੇ ਗੱਲ ਦਾ ਬਾਹਰਲੀ ਦਾ ਪਤਾ ਹੀ ਨਹੀਂ ਉਹਨਾਂ ਨੂੰ, ਸਿਰਫ ਆਪਣਾ ਪਤਾ, ਫੈਮਿਲੀ ਦਾ ਪਤਾ, ਘਰ ਗ੍ਰਸਤੀ ਦਾ, ਉਹੀ ਸਿਰਫ ਇਲਮ ਹੈ ਜਿਹਨਾਂ, ਮਤਲਬ ਮੈਂ ਉਹਨਾਂ ਨੂੰ ਜਾਣਨਾ ਸਾਂ। ਅਤੇ ਉਹਨਾਂ ਨੇ ਗੁੱਸੇ 'ਚ ਵੀ ਬੁਲਾਇਆ ਤਾਂ ਉਹ ਪਿਆਰ ਹੀ ਲੱਗਾ, ਗੁੱਸੇ 'ਚ ਵੀ ਪੱਪੂ ਕਿਹਾ ਤਾਂ ਉਹ ਪਿਆਰ ਵਾਲੇ ਪੱਪੂ ਨਹੀਂ ਲਿਆ। ਪਿਆਰ ਨਾਲ ਜਦੋਂ ਬੁਲਾਉਂਦੇ ਸਨ ਉਹ ਤਾਂ ਫਿਰ ਜ਼ਾਹਿਰ ਨਜ਼ਰ ਆ ਜਾਂਦਾ, ਫਿਰ ਬੰਦਾ ਨੱਚਦਾ ਉਧਰ ਨੂੰ ਮਿਲਦਾ। ਅਤੇ ਉਹ ਬਚਪਨ ਦੀਆਂ ਗੱਲਾਂ ਜਿਹੜੀਆਂ ਕਿ ਜਿਸ ਵੇਲੇ ਉਹ, ਮਤਲਬ ਜਦੋਂ ਬੰਦਾ ਬਚਪਨ 'ਚ ਹੁੰਦਾ ਉਹਨੂੰ ਨਹੀਂ ਪਤਾ ਲੱਗਦਾ, ਸਤਾਈ ਦਾ ਵੀ ਮਾਂ ਪਿਓ ਨੂੰ ਤੰਗ ਕਰਦਾ ਬੰਦਾ, ਬਕਾਇਦਾ ਸੀ ਤੰਗ ਕਰਨ ਵਾਲੇ ਬੱਚੇ ਸਨ, ਕਿਉਂਕਿ ਨਿਕੰਮੇ ਵੀ ਸੀ, ਸਕੂਲ ਭੇਜ ਰਹੇ ਤਾਂ ਨਹੀਂ ਜਾ ਰਹੇ, ਅੱਛਾ ਠੀਕ ਆ, ਬਾਰਾ ਫਿਰ ਰਹੇ ਗਲੀਆਂ ਮੁਹੱਲਿਆਂ 'ਚ, ਅਤੇ ਸ਼ਿਕਾਇਤਾਂ ਸ਼ਰਾਰਤਾਂ। ਮੇਰਾ ਸ਼ੁਰੂ ਤੋਂ ਕੰਮ ਸੀ, ਭਾਈ ਤਾਹਰ ਵੀ ਸਗੋਂ ਮੈਨੂੰ ਕਹਿੰਦੇ ਹੁੰਦੇ ਨੇ, ਭਾਈ ਤਾਹਰ ਨਿਸ਼ਾਹ ਜੀ ਜੀ, ਉਹ ਇੱਕੋ ਹੀ ਮੁਹੱਲਾ ਸਾਡਾ, ਅਤੇ ਵੈਸੇ ਵੀ ਉਹ ਬਚਪਨ ਤੋਂ ਵੀ ਜਾਣਦੇ ਨੇ, ਅਤੇ ਉਹ ਜਾਣਦੇ ਨੇ ਕਿ ਮੇਰਾ ਬਜ਼ੁਰਗਾਂ ਨਾਲ ਵੀ ਮਜ਼ਾਕ, ਉਹਨਾਂ ਨੂੰ ਵੀ ਛੇੜਨਾ, ਉਹ ਵੱਡਿਆਂ ਨੂੰ ਵੀ ਛੇੜਨਾ, ਛੋਟਿਆਂ ਨੂੰ, ਹੁਣ ਤੱਕ ਵੀ ਇੰਜੀ। ਜਦੋਂ ਮੈਂ ਆਪਣੇ ਇਲਾਕੇ 'ਚ ਜਾਂਦਾ ਅਤੇ ਕਈ ਬਜ਼ੁਰਗ ਵੀ ਮੇਰੇ, ਕਈ ਐਸੇ ਨੇ ਮਤਲਬ ਵੱਡੇ, ਉਹ ਵੀ ਕਈ ਪੱਪੂ ਕਹਿ ਕੇ ਬੁਲਾਉਂਦੇ ਨੇ, ਹੁਣ ਤਾਂ ਜ਼ਿਆਦਾ ਸਖਾਵਤੀ ਲੋਕ ਕਹਿੰਦੇ ਨੇ, ਲੇਕਿਨ ਇਹ ਜਿਹੜੇ ਦੋ ਸ਼ਖਸੀਅਤ ਨੇ ਨਾ, ਇਹ ਪੱਪੂ ਕਹਿਣ ਵਾਲੀਆਂ ਬਹੁਤ ਯਾਦ ਆਉਂਦੀਆਂ ਮੈਨੂੰ, ਠੀਕ ਹੈ। ਅਤੇ ਬਾਕੀ ਦੁਨੀਆਦਾਰੀ ਕਾਫੀ ਕੁਝ ਇਹ ਜ਼ਿਕਰ ਕਰਦੇ ਆ, ਮੇਰੇ ਕੋਲ ਜ਼ਿਆਦਾ ਗੱਲ ਨਹੀਂ ਹੁੰਦੀ, ਲੇਕਿਨ ਫਿਰ ਵੀ ਇਹ ਜ਼ਿਕਰ ਹੁਣ ਬੈਠੇ ਕਰਨਾ ਪਏਗਾ। ਇਹ ਤੇ ਜੀ ਅੱਜ ਵੀ ਉਹ ਗਲੀਆਂ, ਉਹ ਮੁਹੱਲੇ। ਅੱਛਾ, ਹਾਂ, ਤੁਸੀਂ ਫੋਰ ਐਗਜ਼ਾਮਪਲ ਕਿ ਜਦੋਂ ਛੋਟੇ ਸੋ ਔਰ ਜ਼ਾਹਰ ਹੈ ਉਸ ਘਰ ਦੇ ਵਿੱਚ ਮਾਂ ਬਾਪ ਦੇ ਨਾਲ ਰਹੇ ਜੀ, ਵੱਡੇ ਹੋ ਗਏ, ਲਾਹੌਰ ਆ ਗਏ ਕੰਮ ਦੇ ਸਿਲਸਿਲੇ 'ਚ, ਔਰ ਮਾਂ ਬਾਪ ਤਾਂ ਇੱਕ ਸਾਥ ਰਹੇ ਆ, ਸਾਥ ਔਲਾਦ ਨਾਲ ਹਮੇਸ਼ਾ ਹੀ ਰਹਿੰਦਾ ਹੈ, ਅੱਜ ਵੀ ਨਾਲ ਨੇ। ਤੁਸੀਂ ਜਦੋਂ ਆਪਣੇ ਅਬਾਈ ਘਰ ਜਾਂਦੇ ਹੋ ਫੈਸਲਾਬਾਦ, ਤੇ ਉਹ ਆਵਾਜ਼ ਗੂੰਜਦੀ ਮਹਿਸੂਸ ਹੁੰਦੀ ਹੈ? ਅੱਛਾ ਹਸਨ ਮੁਰਾਦ ਸਾਹਿਬ, ਤੁਹਾਨੂੰ ਮੈਂ ਹੁਣ ਬਹੁਤ ਹੀ ਅੱਛੀ ਗੱਲ, ਔਰ ਜਦੋਂ ਮੈਨੂੰ ਵੀ ਹੁਣ ਜ਼ਿਕਰ ਆਇਆ ਤਾਂ ਮੈਨੂੰ ਪਤਾ ਲੱਗਾ ਉਸ ਗੱਲ ਦਾ। ਮੇਰਾ ਜਿਹੜਾ ਪਹਿਲਾ ਘਰ ਹੈ ਬਾਈ, ਉਹਦੇ ਸਾਹਮਣੇ ਅੱਲਾ ਨੇ ਨਵਾਂ ਘਰ ਦਿੱਤਾ, ਉੱਥੇ ਵੀ ਜੀ ਜੀ ਮੇਰਾ ਜਿਹੜਾ ਬਚਪਨ ਮੇਰਾ ਗੁਜ਼ਰਿਆ ਜਿੱਥੇ ਮੈਂ ਪੈਦਾ ਹੋਇਆ, ਉਸ ਘਰ 'ਚ ਵੱਡਾ ਭਾਈ ਬਾਬਾ ਗੁੱਗੂ ਸਾਈਂ, ਤੁਸੀਂ ਜਾਣਦੇ ਹੋ, ਹਾਂਜੀ ਹਾਂਜੀ, ਵੱਡੇ ਭਾਈ, ਉਹ ਤਾਂ ਉਹਨਾਂ ਦੀ ਫੈਮਿਲੀ ਹੁੰਦੀ, ਬਹੁਤ ਅੱਛਾ ਗਾਉਂਦੇ ਵੀ ਨੇ, ਮਜ਼ਾਕ 'ਚ ਵੀ ਉਹਨਾਂ ਦਾ, ਸਾਡੇ ਬੜੇ ਵੱਡੇ ਜੀ ਵੈਲ ਵਿਸ਼ਰ ਨੇ, ਵੈਲ ਵਿਸ਼ਰ ਦੁਆਗੋ ਨੇ, ਅੱਲਾ ਉਹਨਾਂ ਨੂੰ ਸਲਾਮਤ ਰੱਖੇ, ਜਾਣਗੇ ਤੰਦਰੁਸਤੀਆਂ ਦੇਵੇ। ਅਤੇ ਉਹ ਘਰ 'ਚ ਹੁਣ ਉਹ ਰਹਿੰਦੇ ਨੇ, ਅਤੇ ਹਸਨ ਮੁਰਾਦ ਸਾਹਿਬ ਮੇਰੀ ਵਾਲਦਾ ਜਦੋਂ ਦੀ ਫੌਤ ਹੋਈ, ਪਹਿਲੇ ਵਾਲਦ ਸਾਹਿਬ ਤਾਂ ਪਹਿਲੇ ਫੌਤ ਹੋ ਗਏ ਸਨ, ਵਾਲਦ ਦੇ ਫੌਤ ਹੋਣ ਤੋਂ ਬਾਅਦ ਮੈਨੂੰ ਨਹੀਂ ਯਾਦ ਕਿ ਮੈਂ ਉਸ ਘਰ 'ਚ ਵੜਿਆ ਆਵਾਂਗਾ ਦੁਬਾਰਾ। ਅੱਛਾ, ਹੋ ਸਕਦਾ ਕਦੀ ਇੱਕ ਅੱਧੀ ਵਾਰੀ ਉਹਨਾਂ ਦੀ ਯਾਦ ਤਾਜ਼ਾ ਕਰਨ ਲਈ ਅੰਦਰ 'ਚ, ਲੇਕਿਨ ਪਤਾ ਨਹੀਂ ਉਹ ਬਾਹਰ ਗੇਟ ਕੋ ਖਲੋ ਕੇ ਨਾ ਮੈਨੂੰ ਅੰਦਰੋਂ ਲੱਗਦਾ ਕਿ ਯਾਰ ਕੁਛ ਵੀ ਨਹੀਂ ਅੰਦਰ, ਤਾਂ ਖਾਲੀ ਘਰ ਲੱਗਦਾ, ਵੱਡਾ ਭਰਾ ਹੈ, ਉਹਨਾਂ ਨੂੰ ਬਾਹਰ ਵੀ ਮਿਲ ਲਈਦਾ, ਲੇਕਿਨ ਉਹ ਜਿਹੜੀ ਮਾਂ ਸੀ ਨੇ ਅੰਦਰ ਬਹਿ ਕੇ ਆਵਾਜ਼ ਦੇਣੀ ਅਤੇ ਨੱਸ ਕੇ ਅੰਦਰ ਜਾਣਾ, ਵਾਲਦ ਸਾਹਿਬ ਸਨ ਉਹ ਨਹੀਂ ਨਜ਼ਰ ਆਉਂਦੇ, ਅਤੇ ਇਹ ਕੁਦਰਤੀ ਫੈਕਟਰੀ,
ਕਿ ਉਸ ਅੰਦਰ 'ਚ ਜਾਣ ਮੇਰਾ ਦਿਲ ਨਹੀਂ ਕਰਦਾ, ਬਾਹਰ ਗੇਟ ਤੋਂ ਖੜਾ ਰਹਿੰਦਾ। ਹਾਲਾਂਕਿ ਆਪਣਾ ਘਰ ਹੈ, ਜਾਈਦਾ, ਭਾਈ ਵੱਡਾ ਹੈ, ਉਹਨਾਂ ਦੇ ਬੱਚੇ ਨੇ, ਭਰਜਾਈ ਹੈ, ਠੀਕ ਹੈ, ਸਾਰੇ ਇੱਜ਼ਤ ਕਰਦੇ ਨੇ, ਪਿਆਰ ਕਰਦੇ ਨੇ, ਲੇਕਿਨ ਇੱਕ ਆਪਣੇ ਅੰਦਰ ਹੈ ਕਿ ਪਤਾ ਨਹੀਂ ਕਿਉਂ, ਹੁਣ ਮੈਨੂੰ ਯਾਦ ਆਇਆ ਕਿ ਮੈਂ ਕਿਉਂ ਨਹੀਂ ਉੱਧਰ ਵੜਦਾ। ਉਹ ਦਰਅਸਲ ਇਹੀ ਹੁੰਦਾ ਕਿ ਉਹ ਆਵਾਜ਼ਾਂ ਫਿਰ ਇੱਕ ਮਾਂ ਬਾਪ ਦੇ ਇੱਕ ਰੂਹ ਦੀ ਖੁਸ਼ਬੂ ਹੁੰਦੀ ਹੈ, ਇੱਕ ਉਹਨਾਂ ਦੇ ਜਿਸਮ ਦੀ, ਜਿਸ ਜਿਸਮ ਦਾ ਅਸੀਂ ਵੀ ਸੁਣਦੇ ਹਾਂ, ਔਰ ਉਹ ਲਮਸ ਬੰਦਾ ਭੁੱਲ ਨਹੀਂ ਸਕਦਾ, ਭੁੱਲ ਨਹੀਂ ਸਕਦਾ। ਉਹ ਤੁਹਾਨੂੰ ਕਿਧਰੇ ਸੁੱਤਿਆ ਪਿਆ, ਉਹ ਤੁਹਾਨੂੰ ਇੰਝ ਇੱਕ ਮਹਿਕ ਜੀ, ਉਹ ਫਿਰਦੇ ਟੁਰਦੇ ਮੈਨੂੰ ਨਜ਼ਰ ਆਉਂਦੇ, ਬਾਹਰ ਖਲੋ ਕੇ ਮੈਂ ਜਦੋਂ ਵੇਖਦਾ ਨਾ, ਇੱਕ ਆਰਟਿਸਟ ਮਾਇੰਡ ਹੈ, ਉਸ ਨਜ਼ਰ ਨਾਲ ਵੇਖਦਾ ਜੋ ਫਿਲਮ ਚੱਲਦੀ ਮੈਨੂੰ ਨਜ਼ਰ ਆ ਰਹੀ ਹੁੰਦੀ। ਇੱਥੇ ਅੰਮੀ ਜੀ ਬੈਠਦੇ ਸਨ, ਵਾਲਾ ਸਾਹਿਬ ਨੇ ਇੱਥੋਂ ਮੈਨੂੰ ਆਵਾਜ਼ ਪੈਣੀ, ਅਤੇ ਮੇਰੀ ਸਿਸਟਰ ਜਿਹੜੀ ਫੌਤ ਹੋਈ ਉਹਨਾਂ ਵੀ ਮੈਨੂੰ ਬੜਾ ਪਿਆਰ ਸੀ। ਫਿਰ ਇੱਕ ਭਾਈ ਸੀ ਮੇਰੇ ਤੋਂ ਛੋਟਾ, ਸਾਜਨ ਤੋਂ ਵੱਡਾ ਸੀ, ਉਹ ਫੌਤ ਹੋਇਆ। ਫਿਰ ਉਸ ਤੋਂ ਸਾਜਨ ਤੋਂ ਛੋਟਾ ਇੱਕ ਬੱਗੀ, ਤੁਸੀਂ ਉਹਨੂੰ ਜਾਣਦੇ ਹੋ, ਉਹ ਫੌਤ ਹੋਇਆ। ਤਿੰਨ ਚਾਰ ਲੋਕ ਨੇ ਨਾ ਜਿਹੜੇ, ਇਹ ਮੈਨੂੰ ਰੋਕਦੇ ਨੇ ਕਿ ਅੰਦਰ ਜਾਏਗਾ ਤਾਂ ਤੈਨੂੰ ਫਿਰ ਅਸੀਂ ਯਾਦ ਆਉਣਾ, ਯਾਦ ਤਾਂ ਇੱਧਰ ਵੀ ਆਉਂਦੇ ਨੇ ਸਾਰੇ, ਲੇਕਿਨ ਉਹ ਥੋੜ੍ਹਾ ਜਿਹਾ ਫਿਰ ਉਹ ਪਰੇਸ਼ਾਨ ਜਿਹਾ ਹੋ ਜਾਂਦਾ। ਸਿਆਣੇ ਕਹਿੰਦੇ ਨੇ ਕਿ ਜਿਸ ਘਰੋਂ ਰੂਹ ਨਿਕਲਦੀ ਹੈ, ਜਾਂਦੀ ਹੈ, ਮੁੰਤਕਿਲ ਹੁੰਦੀ ਹੈ, ਉਸ ਘਰ ਦੇ ਨਾਲ ਰੂਹ ਦਾ ਬੜਾ ਹੀ ਗਹਿਰਾ ਫਿਰਦੀ ਰਹਿੰਦੀ ਜਾਂਦੀ ਹੈ। ਠੀਕ ਹੈ, ਅਤੇ ਅੱਛਾ, ਜਦੋਂ ਸੁਬਾਹ ਸੁੱਤੇ ਪਏ ਉੱਠਦੇ ਸੋ ਸਾਰੇ ਭੈਣ ਭਰਾ ਮਾਸ਼ਾਅੱਲਾ, ਅਤੇ ਉਹ ਜਿਸ ਤਰ੍ਹਾਂ ਉਹਨਾਂ ਅੰਮੀ ਜੀ ਚੁੱਲ੍ਹੇ 'ਤੇ ਬੈਠੇ ਨੇ, ਪਰੌਂਠੇ ਪੱਕ ਰਹੇ ਨੇ, ਸੁਬਾਹ ਸੁਬਾਹ ਟਾਈਮ ਹੈ, ਚਾਏ ਬਣ ਰਹੀ ਹੈ, ਅੱਬਾ ਜੀ ਨਾਲ ਮੰਜੀ 'ਤੇ ਬੈਠੇ। ਅੱਛਾ, ਉਹ ਇੱਕ ਬੜਾ ਮਜ਼ੇਦਾਰ ਟਾਈਮ ਹੁੰਦਾ ਸੀ। ਹਾਂ, ਛੋਟੇ ਛੋਟੇ ਸੀ, ਚਾਰ ਪੰਜ ਭਰਾ ਸੀ ਮਾਸ਼ਾਅੱਲਾ, ਅਤੇ ਇੱਕ ਸਿਸਟਰ ਸੀ ਬਹੁਤ ਲਾਡਲੀ ਭੈਣ ਸੀ। ਅਸੀਂ ਸਾਰੇ ਜਦੋਂ ਬਚਪਨ ਸੀ ਸਾਰੇ ਇਕੱਠੇ ਖੇਡਣਾ ਉੱਠਣਾ, ਜਦੋਂ ਬਾਬਾ ਵੱਡਾ ਜਿਹੜਾ ਭਰਾ ਹੈ ਉਹ ਮਾਸ਼ਾਅੱਲਾ ਹੋਸਟ ਬਣ ਸਨ, ਅਤੇ ਅਸੀਂ ਬਿਲਕੁਲ ਛੋਟੇ ਛੋਟੇ, ਵਾਲਦ ਸਾਹਿਬ ਨੇ ਸੁਬਾਹ ਕੰਮ 'ਤੇ ਜਾਣ ਦੀ ਤਿਆਰੀ ਕਰਨੀ, ਹੁਣ ਮੈਂ ਦੇਖਣਾ ਕਿ ਉਹ ਸਾਈਕਲ ਰੈਡੀ ਕਰ ਰਹੇ ਨੇ ਆਪਣਾ, ਉੱਧਰੋਂ ਨਹਾ ਰਹੇ ਨੇ, ਉੱਧਰੋਂ ਚੁੱਲ੍ਹੇ 'ਤੇ ਚਾਏ ਰੱਖੀ ਹੈ, ਖਾਣਾ ਹੈ ਨਾਲ, ਪਰਾਂਠੇ ਰੋਟੀ ਪੱਕ ਰਹੀ, ਨਾਲ ਰਸ ਵੀ ਹੈ ਇਹਨੇ, ਅਤੇ ਲੱਸੀ ਵੀ ਬਣ ਰਹੀ, ਇਹੋ ਜਿਹੀਆਂ ਚੀਜ਼ਾਂ ਦਾ ਨਾਸ਼ਤਾ, ਅਤੇ ਉਹ ਇੱਕ ਬੜਾ ਯਾਦਗਾਰ ਮਤਲਬ ਮਾਹੌਲ ਹੁੰਦਾ ਸੀ। ਠੀਕ ਹੈ, ਸਾਰੇ ਭੈਣ ਭਰਾ ਉੱਠੇ ਹੈ ਅਤੇ ਇੱਕ ਦੂਸਰੇ ਨੂੰ ਵੇਖ ਰਹੇ, ਅਤੇ ਮਜ਼ਾ ਆ ਰਿਹਾ ਸੀ ਹੁਣ, ਕਿਉਂਕਿ ਪਤਾ ਹੀ ਨਹੀਂ ਸੀ ਕਿ ਗੱਲ ਕਿੱਥੋਂ ਇਹ ਕਿੱਥੋਂ ਆ ਰਿਹਾ ਸਾਰਾ ਕੁਝ, ਲੇਕਿਨ ਸੁਬਾਹ ਉੱਠ ਕੇ ਜਿਹੜਾ ਮਾਂ ਦੇ ਇੱਥੋਂ ਖਾਣ ਦਾ ਮਜ਼ਾ ਆਉਂਦਾ ਸੀ ਨਾ, ਉਹ ਹਜੇ ਤੱਕ ਨਹੀਂ ਆਇਆ ਦੁਬਾਰਾ। ਲੇਕਿਨ ਉਹ ਜਿਹੜਾ ਖਾਸ ਤੌਰ 'ਤੇ ਸਰਦੀਆਂ ਦਾ ਮੌਸਮ ਹੋਣਾ, ਸਰਦੀਆਂ ਗਰਮੀਆਂ, ਧੂੰਆਂ ਉੱਠ ਰਿਹਾ ਉਹਨਾਂ ਦਾ, ਛੋਟਾ ਜਿਹਾ ਘਰ ਹੈ ਮਤਲਬ ਵਿਹੜਾ, ਉੱਥੇ ਚੁੱਲ੍ਹਾ ਹੈ, ਅੰਦਰ ਕਮਰਾ ਹੈ, ਬਾਹਰ ਉਹਦੇ ਚੁੱਲ੍ਹਾ ਰੱਖਿਆ, ਉੱਥੇ ਕੜਾ ਪਿਆ, ਉੱਥੇ ਪਾਣੀ, ਉੱਥੇ ਨਾਲ ਨਾਲ ਇੰਝ ਬੈਠੇ ਚੁੱਲ੍ਹੇ ਦੇ ਹਾਲੇ ਤੁਹਾਡੇ, ਇਸੇ ਤਰ੍ਹਾਂ ਲੱਕੜਾਂ, ਕਿੱਲੀਆਂ ਲੱਕੜਾਂ ਵੀ ਨੇ ਜਿਹੜੀਆਂ ਧੂੰਆਂ ਕਰ ਰਹੀਆਂ ਨੇ, ਫੂਕਣੀ ਨਾਲ ਫੂਕ ਮਾਰ ਰਹੀਆਂ ਵੱਜ ਰਹੀਆਂ ਨੇ, ਉੱਥੋਂ ਯਾਦ ਆਉਂਦੇ ਨੇ ਮਾਂ, ਉੱਥੋਂ ਯਾਦ ਆਉਂਦੀ ਕਿ ਇਹਦਾ ਹੀ ਕੰਮ ਸੀ, ਇਹ ਇੰਨੀਆਂ ਗਿੱਲੀਆਂ ਲੱਕੜਾਂ ਪਕਾ ਕੇ ਬਾਲ ਕੇ, ਅਤੇ ਸਾਡੇ ਉੱਠਣ ਤੋਂ ਪਹਿਲੇ ਰੋਟੀ ਵੀ ਤਿਆਰ ਹੈ, ਚਾਏ ਵੀ ਬਣੀ। ਠੀਕ ਹੈ, ਅਤੇ ਉਹ ਬੜਾ ਯਾਦ ਆਉਂਦਾ ਉਹ ਵਕਤ ਬੜੇ, ਅਤੇ ਆਪਣਾ ਇਲਾਕਾ, ਮੁਹੱਲਾ, ਬਚਪਨ ਦੀਆਂ ਯਾਦਾਂ, ਜਿਹੜੀਆਂ ਥੜੀਆਂ 'ਤੇ, ਜਿਹੜੇ ਮੋੜਾਂ 'ਤੇ ਬਹਿਣਾ, ਮੈਂ ਅੱਜ ਵੀ ਉੱਥੇ ਜਾ ਕੇ ਬਹਿਣਾ ਹੁੰਦਾ, ਤਸਕੀਨ ਮਿਲਦੀ ਹੈ, ਮੈਨੂੰ ਬਹੁਤ ਮੇਰਾ ਦਿਲ ਕਰਦਾ, ਬਹੁਤ ਦਿਲ ਕਰਦਾ, ਔਰ ਮੈਂ ਕਾਫੀ ਮਿਸ ਕਰਦਾ, ਮਿਸ ਕਰਦਾ। ਸਾਲ 'ਚ ਦੋ ਮੌਕੇ ਐਸੇ ਮਿਲਦੇ ਨੇ ਅੱਲਾ ਮੈਨੂੰ ਜ਼ਿੰਦਗੀ ਤਾਂ, ਜ਼ਿੰਦਗੀ ਸਭ ਨੂੰ ਦੇਵੇ, ਮੈਨੂੰ ਵੀ, ਸਾਰੇ ਬੱਚੇ, ਭੈਣ ਭਰਾਵਾਂ ਨੂੰ, ਜਿੰਨੇ ਮੇਰੇ ਦੋਸਤ ਸਾਥੀ ਸੰਗੀ ਬੇਲੀ ਨੇ, ਸਭ ਨੂੰ ਮਾਲਕ ਸਲਾਮਤ ਰੱਖੇ। ਅਤੇ ਜੋ ਉਹ ਰੋਜ਼ਿਆਂ ਦਾ ਮਹੀਨਾ, ਇੱਕ ਮੁਹਰਮ, ਇਹ ਮੈਨੂੰ ਮੌਕਾ ਮਿਲਦਾ ਅਤੇ ਮੈਂ ਜਾ ਕੇ ਆਪਣੀਆਂ ਯਾਦਾਂ 'ਚ ਤਾਜ਼ਾ ਕਰਨਾ, ਅਤੇ ਉਹ ਉਹਨਾਂ ਗਲੀਆਂ 'ਚ, ਉਹਨਾਂ ਮੁਹੱਲਿਆਂ 'ਚ, ਉਹਨਾਂ ਖੜੀਆਂ, ਉਹਨਾਂ ਵਿਹੜਿਆਂ 'ਚ ਫਿਰਨਾ, ਉਹਨਾਂ ਦੋਸਤਾਂ ਨੂੰ ਮਿਲਣਾ, ਅਤੇ ਬਹੁਤ ਚੰਗਾ ਲੱਗਦਾ। ਹਾਂ, ਉਹ ਪਿਆਰ ਔਰ ਸਖਾਵਤ ਸਾਹਿਬ, ਉਹ ਬਰਕਤ, ਜਿਸ ਤਰ੍ਹਾਂ ਕਿ ਅਸੀਂ ਵੀ ਸਾਰੇ ਇਸੇ ਤਰ੍ਹਾਂ ਹੀ, ਮਾਂ ਜੀ ਨੇ ਬੈਠੇ ਹੋਣਾ, ਚੁੱਲ੍ਹਾ ਬਲਦੇ ਆ, ਉਹਨਾਂ ਇਰਦ ਗਿਰਦ ਬੈਠੇ ਹੋਣਾ, ਚੌਕੀਆਂ ਦਾ ਰਿਵਾਜ਼, ਚੌਕੀਆਂ ਲਿੱਤੀਆਂ ਨੇ, ਅਤੇ ਉਹ ਸਕੂਲ ਦੇ ਕੱਪੜੇ ਵੀ ਪਾਏ ਨੇ ਜਾਂ ਕੋਈ ਪਾ ਰਹੇ ਆ, ਅਤੇ ਇੱਕ ਗੱਲ ਦਾ ਨਾ ਮੈਨੂੰ ਮੰਜ਼ਰ ਨੂੰ ਯਾਦ ਆ ਗਿਆ, ਅਤੇ ਉਹ ਵੀ ਮੈਂ ਵੀ ਸ਼ੇਅਰ ਕਰਦਾ ਵਾ। ਮੈਨੂੰ ਇੱਕ ਗੱਲ ਤੋਂ ਮੈਂ ਅੱਜ ਸੋਚਣਾ ਵਾ ਕਿ ਇੱਕ ਤਵਾ ਹੈ, ਇੱਕ ਚੁੱਲ੍ਹਾ ਹੈ, ਔਰ ਮਾਸ਼ਾਅੱਲਾ ਉਦੋਂ ਰਿਵਾਜ਼ ਹੁੰਦਾ ਸੀ ਕਿ ਭਰਾ ਸੱਤ ਅੱਠ, ਸਰ ਮੇਰਾ ਤਾਏ ਦਾ ਫੈਮਿਲੀ ਨਾਲ, ਉਹ ਵੀ ਨਾ ਉਹਨਾਂ ਦਾ ਚੁੱਲ੍ਹਾ ਉਹ ਬਣਿਆ, ਇੱਥੇ ਉਹ ਕੋਈ ਵਿਹੜਾ, ਬਿਲਕੁਲ ਵਿਹੜਾ ਇੱਕ ਸੀ, ਕਮਰੇ ਦੋ ਬਣੇ ਨੇ, ਤਿੰਨ ਖੁੱਲ੍ਹਾ ਜਿਹਾ ਵਿਹੜਾ ਹੈ, ਅਤੇ ਇੱਥੇ ਚੁੱਲ੍ਹਾ ਸਾਡਾ ਲੱਗਿਆ, ਉੱਥੇ ਉਹਨਾਂ ਦਾ ਬਣਿਆ, ਅਤੇ ਉਹ ਪੱਕ ਰਿਹਾ, ਦਿਖਾਰ ਉਧਰੋਂ ਵੀ ਆ ਰਹੇ, ਇੱਧਰੋਂ ਵੀ ਜਾ ਰਹੇ, ਇੰਝ ਦਾ ਮਾਹੌਲ ਸੀ ਬੜਾ ਅੱਛਾ। ਔਰ ਬਰਕਤ ਜਿਹੜੀ ਉਹਦੇ 'ਚ ਹੈਗੀ ਸੀ ਨਾ ਕਿ ਉਹਨੇ ਇੱਕ ਤਵੇ ਦੇ ਉੱਤੇ ਇੱਕ ਰੋਟੀ ਜਾਂ ਇੱਕ ਪਰੌਂਠਾ ਬਣਦੇ ਆ, ਅਤੇ ਯਾਨੀ ਕਿ ਕਿਸੇ ਦੇ ਛਾਬੇ 'ਚੋਂ ਨਾ ਹੀ ਤਾਂ ਪਰੌਂਠਾ ਘੱਟ ਹੁੰਦਾ ਸੀ, ਅਤੇ ਨਾ ਹੀ ਕੋਲੀ 'ਚੋਂ ਸਾਲਣ, ਨਾ ਕਿ ਅਗਰ ਥੋੜ੍ਹਾ ਜਿਹਾ ਮੁੱਕ ਗਿਆ ਤਾਂ ਮਾਂ ਦੇਖ ਲਈ ਹੁੰਦੀ ਸੀ, ਉਹਨੇ ਉਹ ਡੋਈ ਦੇ ਨਾਲ
ਕਰਨਾ ਬਰਕਤ ਹਾਂਡੀ ਦੇ ਵਿੱਚ ਵੀ ਨਜ਼ਰ ਆਉਂਦਾ ਸੀ। ਇਹ ਕਮਾਲ ਹਾਂਡੀ ਚ ਵੀ ਥੋੜਾ ਲੱਗ ਰਿਹਾ, ਸਾਰੇ ਖਾ ਵੀ ਗਏ ਨੇ, ਫਿਰ ਓਨਾ ਹੀ ਪਿਆ। ਇਹ ਤਾਂ ਪਤਾ ਚੱਲ ਗਿਆ ਤੁਹਾਡੀ ਗੱਲ ਤੋਂ ਕਿ ਵੀ ਤੁਸੀਂ ਇੱਕ ਸ਼ਰਾਰਤੀ ਸੋ ਜੀ। ਔਰ ਤੁਹਾਡੇ ਮੁਹੱਲੇ ਦੇ ਵਿੱਚ ਚੂੰਕਿ ਮੇਰਾ ਵੀ ਆਉਣਾ ਜਾਣਾ ਦੇ ਆ, ਅਸੀਂ ਤੁਹਾਡੇ ਘਰ ਵੀ ਗਏ, ਇਹ ਚੀਜ਼ਾਂ ਹੈ ਖਾਣੇ ਪੀਣੇ ਅਸੀਂ ਉੱਥੇ ਬੜੇ ਖਾਧੇ ਔਰ ਬੜਾ ਜ਼ਿੰਦਗੀ ਨੂੰ ਇੰਜੋਏ ਕੀਤਾ ਉਹ ਪਿਆਰ ਮੁਹੱਬਤ ਦੇ ਸਾਰੇ ਸਿਲਸਿਲੇ ਦੇ। ਅੱਛਾ ਜੀ, ਪੱਪੂ 'ਚ ਸਖਾਵਤ ਕਨਵਰਟ ਹੋਣ ਲੱਗਿਆ ਜਾਂ ਪੱਪੂ ਤੋਂ ਸਖਾਵਤ ਕਿਵੇਂ ਹੋਇਆ? ਹਾਂ, ਇਹ ਬੜੀ ਅੱਛੀ ਗੱਲ ਹੈ ਭਾਜੀ, ਔਰ ਅੱਛਾ ਸਵਾਲ ਹੈ। ਸਖਾਵਤ ਮੈਂ ਨਹੀਂ ਸਾਂ, ਮੇਰਾ ਨਾਮ ਪੱਪੂ ਤੋਂ ਮੇਰਾ ਹਾਲ ਪਰਵੇਜ਼ ਸੀ ਜਾਂ ਕੋਈ ਇੰਜ ਦਾ ਹੀ ਨਾਂ ਸੀ। ਵਾਲਦ ਸਾਹਿਬ ਜਦੋਂ ਮੈਂ ਲੈ ਕੇ ਸਕੂਲ ਗਏ ਨੇ ਨਾਮ ਲਿਖਾਉਣ ਵਾਸਤੇ, ਐਮ ਸੀ ਪ੍ਰਾਇਮਰੀ ਸਕੂਲ ਹੈ ਸਾਡੇ ਇਲਾਕੇ 'ਚ ਜੀ, ਸਰਕਾਰੀ ਸਕੂਲ ਸੀ, ਉੱਥੇ ਲੈ ਕੇ ਗਏ ਨੇ ਅਤੇ ਹੈੱਡ ਮਾਸਟਰ ਸਾਹਿਬ ਜਿਹੜੇ ਮੇਰੇ ਵਾਲਦ ਸਾਹਿਬ ਦੇ ਦੋਸਤ ਸਨ, ਵੈਸੇ ਵੀ ਮੋਮਨ ਆਦਮੀ ਸਨ, ਵਾਲਦ ਸਾਹਿਬ ਵੀ ਉਸ ਹਵਾਲੇ ਦਾ ਵੀ ਉਹਨਾਂ ਦਾ ਤਾਲੁਕ ਸੀ ਜੀ ਜੀ। ਉਹਨਾਂ ਨੇ ਕਿਹਾ ਕਿ ਨਾਂ ਕੀ ਹੈ ਬੇਟੇ ਦਾ? ਉਹਨੂੰ ਕਿ ਜੀ ਸਿੱਧੇ ਨਾਂ ਦਾ ਪਤਾ ਨਹੀਂ, ਪੱਪੂ ਪੱਪੂ ਅਸੀਂ ਕਹੀਦਾ। ਅੱਛਾ, ਠੀਕ ਹੈ, ਯਾਰ ਕੀ ਸਾਦਗੀ, ਇਹ ਤੋਂ ਪਤਾ ਨਹੀਂ ਪਰਚੀ 'ਤੇ ਕੀ ਲਿਖਿਆ ਸਾਨੂੰ ਨਹੀਂ ਕਹਿੰਦੇ ਪਤਾ। ਅੱਛਾ, ਅਤੇ ਉਹ ਕਹਿੰਦੇ ਯਾਰ ਪੱਪੂ ਤਾਂ ਠੀਕ ਹੈ, ਛੋਟਾ ਨਾਮ ਹੈ, ਹੁਣ ਅੱਗੋਂ ਨਾਮ ਤਾਂ ਹੋਣਾ ਚਾਹੀਦਾ ਨਾ ਵੀ, ਉਹਨਾਂ ਤੁਹਾਡਾ ਕੀ ਨਾਂ ਕਿਹਾ? ਮੇਰਾ ਨਾਂ ਤਾਂ ਸਲਾਮਤ ਅਲੀ। ਹਾਂ, ਤੁਹਾਡਾ ਨਾਂ ਸਲਾਮਤ ਅਲੀ, ਇਹ ਫਿਰ ਸਖਾਵਤ ਅਲੀ। ਅੱਛਾ ਅੱਛਾ, ਤੁਹਾਡੇ ਟੀਚਰ ਨੇ ਤੁਹਾਡਾ ਨਾਮ ਉਹਨਾਂ ਨੇ ਮੇਰਾ ਨਾਂ ਸਿਲੈਕਟ ਕੀਤਾ ਸਲਾਮਤ ਦੇ ਨਾਲ ਸਖਾਵਤ, ਉਹਨਾਂ ਕਿਹਾ ਸਲਾਮਤ ਅਲੀ ਅਤੇ ਇਹ ਸਖਾਵਤ ਅਲੀ। ਵਾਹ ਵਾਹ, ਉਹ ਸਖਾਵਤ ਅਲੀ ਉੱਥੋਂ ਨਾਮ ਹੋਇਆ। ਫਿਰ ਜਦੋਂ ਮੈਂ ਫੀਲਡ 'ਚ ਆਇਆ ਫਿਰ ਮੈਂ ਸੋਚਿਆ ਯਾਰ ਇਹਦੇ ਨਾਂ ਦੇ ਨਾਲ ਨਾ ਕੋਈ ਫਨੀ ਫਿਲਮੀ ਜਿਹਾ ਨਾਂ ਹੋਣਾ ਚਾਹੀਦਾ। ਠੀਕ ਹੈ, ਹੁਣ ਮੈਂ ਸਭ ਸੋਚਦਾ ਸੀ ਕਿ ਅਲੀ ਜਿਹੜਾ ਉਹ ਫੀਲਡ 'ਚ ਨਾਂ ਲਿਆ ਵਾ ਆਪਣੇ ਤੌਰ 'ਤੇ, ਉਹ ਫਿਰ ਨਾਸ ਐਵੇਂ ਜ਼ਹਿਨ 'ਚ ਆਇਆ। ਉਦੋਂ ਬੜੇ ਫਿਰ ਹੁੰਦਾ ਸੀ ਸਖਾਵਤ ਵਿੱਕੀ, ਸਖਾਵਤ ਰੌਕੀ, ਸਖਾਵਤ ਚੰਨ, ਸਖਾਵਤ ਫਲਾਣਾ, ਇਹੋ ਜਿਹੇ ਨਾਂ ਜਾਗ ਰਹੇ ਨੇ ਅਤੇ ਨਾਸ ਘੱਟ ਨਜ਼ਰ ਆਏ ਮੈਨੂੰ ਮੁੰਡੇ ਬੰਦਿਆਂ 'ਚ। ਫਿਰ ਮੈਂ ਕਿਹਾ ਯਾਰ ਇਹ ਠੀਕ ਹੈ। ਫਿਰ ਨਾਲ ਖਿਆਲ ਵੀ ਸਾਹਿਬ ਫੈਸਲਾਬਾਦ ਵਾਲੇ, ਉਹ ਵੀ ਬੜਾ ਵੱਡਾ ਨਾਮ ਸੀ, ਸ਼ਾਇਰ ਸਨ ਜਿਹੜੇ, ਟਾਫੋ ਸਾਹਿਬ ਨੂੰ ਸੁਣਾਇਆ ਉਹਨਾਂ ਨੇ ਕਲਾਮ, ਉਹ ਵੀ ਨਾਮ ਵੱਡਾ ਹੋਇਆ, ਉਹ ਵੀ ਬਾਅਦ 'ਚੋਂ ਮੈਨੂੰ ਪਤਾ ਲੱਗਿਆ, ਲੇਕਿਨ ਫਿਰ ਇਹ ਆ ਕੇ ਨਾ ਫਿਰ। ਅੱਛਾ, ਮੈਨੂੰ ਵੀ ਇਸ ਗੱਲ ਦਾ ਅੱਜ ਪਤਾ ਲੱਗਿਆ, ਮੈਂ ਤੁਹਾਡਾ ਅਸਲ ਨਾਮ ਸਖਾਵਤ ਅਲੀ ਸਮਝਦਾ ਰਿਹਾ। ਸਖਾਵਤ ਅਲੀ ਅਸਲ ਨਾਮ? ਅੱਛਾ, ਅਸਲ ਨਾਮ ਜਿਹੜਾ, ਅੱਛਾ ਉਹ ਟੀਚਰ ਨੇ ਜਿਹੜਾ ਰੱਖਿਆ ਸਖਾਵਤ ਅਲੀ ਅਸਲ ਨਾਮ, ਉਹ ਅਸਲ ਨਾਮ, ਠੀਕ ਠੀਕ, ਅਤੇ ਸਖਾਵਤ ਨਾਸ ਫਿਰ ਫੀਲਡ। ਅੱਛਾ, ਹੁਣ ਅਸੀਂ ਚਲੋ ਪੱਪੂ ਤੋਂ ਸਖਾਵਤ ਅਲੀ ਹੋ ਗਿਆ, ਠੀਕ ਹੈ, ਟੀਚਰ ਮਾਂ ਬਾਪ ਇੱਕੋ ਹੀ ਗੱਲ ਹੈ ਔਰ ਬੜੀ ਸਾਦਤ ਵਾਲੀ ਗੱਲ ਹੈ। ਅੱਛਾ, ਸਾਜਨ ਆਵਾਜ਼ ਚੁੱਕੇ ਸੀ, ਬਚਪਨ ਦੀ ਗੱਲ ਕਰ ਰਹੇ ਤੁਹਾਡੇ ਛੋਟੇ ਭਾਈ ਨੇ, ਅਤੇ ਸਾਜਨ ਬਸ ਵੀ ਬਚਪਨ ਦੇ ਵਿੱਚ ਇਸ ਤਰ੍ਹਾਂ ਹੀ ਕੋਈ ਸ਼ਰਾਰਤੀ ਜਾਂ ਕਿਸ ਤਰ੍ਹਾਂ ਤੁਹਾਡੇ ਨਾਲ ਕੀ ਬਿਹੇਵ ਸੀ ਸਾਰੇ ਭੈਣ ਭਰਾਵਾਂ 'ਚੋਂ? ਮੇਰੇ ਨਾਲ ਸਾਰੇ ਮਤਲਬ ਇਹ ਕਿ ਮੈਂ ਵੱਡਾ ਸਾਂ, ਥੋੜ੍ਹਾ ਜਿਹਾ ਮੇਰੇ ਤੋਂ ਪਿਆਰ ਤਾਂ ਹੈ ਸੀ, ਡਰਦੇ ਵੀ ਸਨ, ਅਤੇ ਖਾਸ ਤੌਰ 'ਤੇ ਜਦੋਂ ਮੈਂ ਡਰਾਮੇ 'ਚ ਆ ਗਿਆ ਉਦੋਂ ਥੋੜ੍ਹਾ ਜਿਹਾ ਮੈਨੂੰ ਇਹ ਸਮਝਣ ਲੱਗ ਪਏ ਸੀ ਕਿ ਨਹੀਂ ਫਨਕਾਰ ਆਦਮੀ ਵੀ, ਅੱਛਾ ਥੋੜ੍ਹੀ ਜਿਹੀ ਰਿਸਪੈਕਟ ਕਰਨ ਲੱਗ ਪਏ ਸਨ। ਵੈਸੇ ਵੀ ਅਸੀਂ ਸਾਰੇ ਭੈਣ ਭਰਾ ਜ਼ਿਆਦਾ ਦੋਸਤੀ ਸਨ, ਕੁਛ ਸਾਲ ਸਾਲ ਦੋ ਦੋ ਸਾਲ ਦਾ ਸਾਡਾ ਫਰਕ ਸੀ ਆਪਸ 'ਚ, ਅਤੇ ਦੋਸਤੀ ਜ਼ਿਆਦਾ ਕਿਉਂਕਿ ਬਾਹਰ ਦੋਸਤ ਘੱਟ ਸਨ, ਆਪਸ 'ਚ ਜ਼ਿਆਦਾ ਸੀ ਕਿਉਂਕਿ ਬਹਿਣਾ ਜੋ ਇਕੱਠੇ ਆ ਰਹਿਣਾ ਇਕੱਠੇ ਆ। ਜਿਵੇਂ ਹੁਣ ਮੇਰੇ ਮਾਸ਼ਾਅੱਲਾ ਚਾਰ ਬੇਟੇ ਨੇ, ਚਾਰ ਉਹ ਆਪਸ 'ਚ ਦੋਸਤ ਨੇ ਇੱਕ ਦੂਜੇ, ਇੱਕ ਬੇਟੀ ਉਹ ਆਪਸ 'ਚ ਖੇਡਦੇ ਭੈਣ ਭਰਾ, ਅਤੇ ਉਹ ਹਿਸਾਬ ਸੀ ਸਾਡਾ ਬਿਲਕੁਲ, ਠੀਕ ਹੈ। ਅਤੇ ਸਾਜਨ ਤਾਂ ਬਿਲਕੁਲ ਮਤਲਬ ਲਾਡਲਾ, ਮੇਰਾ ਲਾਡਲਾ ਸੀ, ਵੱਡਿਆਂ ਦਾ ਵੀ ਲਾਡਲਾ, ਸਾਰਿਆਂ ਦਾ ਹੀ, ਮਤਲਬ ਇਹਦੀ ਗੱਲ ਨੂੰ ਜ਼ਿਆਦਾ ਮੰਨਿਆ ਜਾਂਦਾ ਸੀ। ਅਤੇ ਵੈਸੇ ਵੀ ਛੋਟਾ ਬੱਗੀ ਅਤੇ ਇਹ ਸਾਡੇ ਸਾਰੇ ਤੋਂ ਛੋਟੇ ਸਨ, ਠੀਕ ਹੈ। ਸਿਸਟਰ ਸੀ ਇੱਕ ਛੋਟੀ, ਅਤੇ ਅਸੀਂ ਤਿੰਨ ਭਰਾ ਵੱਡੇ, ਇਹ ਤਿੰਨ ਛੋਟੇ, ਅਤੇ ਅਸੀਂ ਵਾਹਵਾ ਫਿਰ ਇਹਨਾਂ ਨਾਲ ਪਿਆਰ ਹੁੰਦਾ ਸੀ ਸਾਰਿਆਂ ਦਾ ਹੀ, ਠੀਕ ਹੈ। ਇਹਨੇ ਜਦੋਂ ਪਿੱਛੇ ਆਉਣਾ ਸ਼ੁਰੂ ਕੀਤਾ ਨਾ ਸਾਜਨ ਨੇ, ਇਹ ਹੁੰਦਾ ਸੀ ਕਿ ਮੈਂ ਡਰਾਮੇ 'ਤੇ ਜਾਣਾ, ਮੈਨੂੰ ਕੋਈ ਪ੍ਰੋਪਸ ਚਾਹੀਦੀ ਹੋਈ ਘਰੋਂ ਤਿਆਰ ਕਰਨੀ, ਮੈਂ ਤਿਆਰ ਕਰਕੇ ਰੱਖੀ ਅਤੇ ਉਹ ਗਾਇਬ ਹੋ ਜਾਣੀ, ਉੱਧਰੋਂ ਸ਼ੋਅ ਦਾ ਟਾਈਮ ਹੋ ਗਿਆ, ਅਤੇ ਮੈਂ ਕਿਹਾ ਚੱਲ ਮੈਂ ਉੱਥੇ ਪਹੁੰਚਣਾ, ਅਤੇ ਤੂੰ ਨਾ ਸਾਜਨ ਪਿੱਛੋਂ, ਉਦੋਂ ਇਹਦਾ ਨਿਕਨੇਮ ਹੈ ਮਾਨਤ, ਠੀਕ ਹੈ, ਸਾਜਨ ਦਾ ਨੰਨਾ, ਇਹਨੂੰ ਛੋਟੇ ਹੁੰਦੇ ਨੰਨਾ ਕਹਿੰਦੇ ਸੀ, ਅੱਛਾ ਉਂਝ ਨਾਮ ਇਹਦਾ ਮਾਨਤ। ਆਹ ਸਾਰੀਆਂ ਗੱਲਾਂ ਨਹੀਂ ਖੋਲੀਆਂ ਜੋ ਕਿ ਮੈਂ ਸਾਜਨ ਦੇ ਨਾਲ ਲਓ ਮੈਂ ਉਹਦਾ ਇੰਟਰਵਿਊ ਕਰਨਾ ਹੈ, ਅਤੇ ਬਹਰਹਾਲ ਕੋਈ ਐਸੀ ਗੱਲ ਨਹੀਂ। ਉਹਨੇ ਆਉਣਾ ਅਤੇ ਉਹਨੇ ਕੱਪੜੇ ਆਪ ਦਾਏ ਬਾਏ ਕੀਤੇ ਹੁੰਦੇ, ਅੱਛਾ ਉਹਨੇ ਕਹਿਣਾ ਭਾਅ ਜੀ ਨੇ ਜਦੋਂ ਜਾਣਾ ਇਹਨਾਂ ਦਾ ਟਾਈਮ ਹੋ ਜਾਣਾ, ਇਹਨਾਂ ਨੇ ਕਹਿਣਾ ਅਤੇ ਮੈਨੂੰ, ਮੈਂ ਕਹਿਣਾ ਯਾਰ ਤੂੰ ਨਾ ਲੈ ਕੇ ਆ ਜਾ, ਠੀਕ ਹੈ ਉਹਨੇ ਕਹਿਣਾ, ਇਹਨਾਂ ਪਿੱਛੋਂ ਪਹਿਲੇ ਲੁਕੋਏ ਹੁੰਦੇ ਸੀ, ਮੈਂ ਉੱਥੇ ਚਲਾ ਜਾਣਾ
ਸ਼ਹਿਜ਼ਾਦ ਸੈਨਮਾ ਹੁੰਦਾ ਸੀ ਉਦੋਂ ਜਾਂ ਮਹਾਰਾਜਾ ਹਾਲ, ਠੀਕ ਹੈ, ਜਿੱਥੇ ਵੀ ਡਰਾਮਾ ਹੋਣਾ ਇਹਨੇ ਕੱਪੜੇ ਲੈ ਕੇ ਉੱਥੇ ਚਲੇ ਜਾਣਾ ਅਤੇ ਇਹਨੂੰ ਮੌਕਾ ਮਿਲਣਾ ਨਾਲ, ਮਤਲਬ ਉੱਥੇ ਵੇਖਣ ਦਾ, ਦੇਖਣ ਦਾ, ਬਹਿਣ ਦਾ, ਕਰਦੇ 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 ਵੀ। ਹੁਣ ਮੈਂ ਇਹਨੂੰ ਕਹਿੰਦਾ ਸੀ ਕਿ ਨਾ ਫੀਲਡ 'ਚ ਤੂੰ ਨਹੀਂ ਆਉਣਾ, ਤੂੰ ਪੜ੍ਹ। ਇਹ ਪੜ੍ਹਦਾ ਸਾਡੇ 'ਚੋਂ ਪੜ੍ਹਿਆ ਲਿਖਿਆ ਵੀ ਮਾੜਾ ਮੋਟਾ ਇਹੀ ਹੈ, ਅਸੀਂ ਤਾਂ ਬਿਲਕੁਲ ਹੀ ਸਾਧੇ ਸਨ। ਅਤੇ ਇਹਨੂੰ ਮੈਂ ਰੋਕਦਾ ਹੁੰਦਾ ਸੀ, ਇਹਨੇ ਫਿਰ ਕਿਹਾ ਕਿ ਭਾਅ ਜੀ ਨੇ ਨਾ ਜਿਹੜਾ ਜਿਹੜੀ ਬਾਜੀ ਅੱਲਾ ਰੱਖੀ ਹੈ ਭੈਣ ਮੇਰੀ, ਉਹਦੀ ਨਹੀਂ ਮੋੜਦਾ ਇਹ, ਉਹਨਾਂ ਮੈਨੂੰ ਬੜਾ ਪਿਆਰ ਸੀ ਸਿਸਟਰ ਦਾ, ਇਹਨੇ ਉਹਦੇ ਕੋਲੋਂ ਸਿਫਾਰਿਸ਼ ਕਰਵਾਈ। ਅੱਛਾ ਅੱਛਾ ਅੱਛਾ। ਅਤੇ 14 ਅਗਸਤ ਦਾ ਦਿਨ ਸੀ ਆਜ਼ਾਦੀ ਦਾ, ਆਜ਼ਾਦੀ ਦਾ। ਇਹਨੇ ਕਿਹਾ ਕਿ ਤੂੰ ਕਹਿ ਭਾਅ ਜੀ, ਭੈਣ ਮੇਰੀ ਨੇ ਕਿਹਾ ਕਿ ਭਾਅ ਜੀ ਹੈ ਇੰਜਨ, ਇਹ ਵੀ ਕਰਨਾ ਚਾਹੁੰਦਾ ਅਤੇ ਮੈਂ ਤੁਹਾਨੂੰ ਕਹਿੰਦੀ ਹਾਂ। ਮੈਂ ਕਿਹਾ ਅੱਛਾ, ਚਲੋ ਮਾਲਕ ਨੇ ਬਣਾਉਣਾ ਸੀ ਉਹਨੂੰ ਵੀ ਕੁਝ। ਹਾਂਜੀ। ਮੈਂ ਕਿਹਾ ਚੱਲ ਯਾਰ ਠੀਕ ਹੈ, ਜਾ ਤੂੰ ਵੀ ਕਰ ਲਿਆ ਗਾ। 14 ਅਗਸਤ ਨੂੰ ਆਜ਼ਾਦੀ ਉਹਨੂੰ ਮਿਲੀ। ਬਿਲਕੁਲ। ਅਤੇ ਮਾਸ਼ਾਅੱਲਾ ਉਸ ਤੋਂ ਬਾਅਦ ਚੱਲਦਾ ਇੱਕ ਬੜਾ ਵੱਡਾ ਨਾਮ ਹੈ ਸਾਡੇ ਪਾਕਿਸਤਾਨ ਦਾ, ਸਾਰੀ ਦੁਨੀਆ ਦਾ। ਮਾਲਕ ਦਾ ਬੜਾ ਆਸਾਨ, ਬੜਾ ਆਸਾਨ, ਬੜਾ ਕਦਮ, ਕਿਉਂਕਿ ਬਹੁਤ ਘੱਟ ਹੋਇਆ ਕਿ ਦੋ ਨਾਮਵਰ ਐਵਨ ਹੋਏ ਹੈ ਹਿਸਟਰੀ 'ਚ, ਲੇਕਿਨ ਬਹੁਤ ਘੱਟ ਕਿ ਦੋ ਭਰਾ ਦੋ ਵੀ ਸੁਪਰਸਟਾਰ ਜੀ, ਖਾਸ ਕਦਮ ਹੈ। ਅੱਛਾ, ਬਾਈ ਸੋਮੀ ਤੁਹਾਡੇ ਵਾਲਦ ਸਾਹਿਬ, ਉਹ ਵੀ ਜੁਗਤ ਕਰਦੇ ਸਨ? ਨਹੀਂ, ਉਹ ਨਹੀਂ ਸੀ ਕਰਦੇ, ਬੜੇ ਉਹ ਨਫੀਸ ਆਦਮੀ ਸਨ। ਕਈ ਦੋਸਤ ਗੱਲਾਂ ਸੁਣਾਉਂਦੇ ਨੇ ਬਣਾ ਕੇ, ਲੇਕਿਨ ਉਹ ਕਰਦੇ ਨਹੀਂ ਸੀ। ਅੱਛਾ। ਤੇ ਬਾਬਾ ਜੀ ਤੇ ਖੈਰ ਤੁਹਾਡੇ ਵੱਡੇ ਭਾਈ ਜਿਹੜੇ ਨੇ, ਬਾਬਾ ਜੀ ਤੇ ਉਹ ਤੇ ਬਹੁਤ ਬਰੀਕ ਆਦਮੀ ਔਰ ਬੜੀ ਬੜੀ ਕਲਾਸ ਦੀ ਗੱਲ। ਉਹਨਾਂ ਦਾ ਸ਼ਾਗਿਰਦ ਇੱਕ ਹੋਇਆ ਵੱਡੀ, ਤੇ ਗੋਸ਼ਤ ਲੈ ਕੇ ਆਇਆ ਉਹਨਾਂ ਨੇ। ਅੱਛਾ। ਊਂਠ ਦਾ। ਅੱਛਾ। ਤੇ ਕਿਤੇ ਬਾਬਾ ਜੀ ਆਪਣੇ ਲਈ ਗੋਸ਼ਤ ਲਾਇਆ, ਹੁਣ ਬਾਬਾ ਜੀ ਆਮ ਰੂਟੀਨ 'ਚ ਉਰਦੂ ਬੋਲਦੇ ਨੇ। ਬਿਲਕੁਲ। ਕਹਿੰਦੇ ਬੇਟਾ ਇਹ ਕੌਣ ਸਾ ਹੈ? ਕਹਿੰਦਾ ਜੀ ਊਂਠ ਕਾ ਹੈ। ਕਹਿੰਦਾ ਬੇਟਾ ਮੈਂ ਤਾਂ ਬੜਾ ਨਹੀਂ ਖਾਤਾ, ਤੂੰ ਮੁਝਸੇ ਵੀ ਬੜਾ ਲੈ ਆਏ। ਹਮ ਤੋ ਬੜਾ ਨਹੀਂ ਖਾਤੇ, ਤੁਮ ਉਸਸੇ ਵੀ ਬੜਾ ਲੈ ਆਏ। ਅੱਛਾ ਬਾਬਾ ਜੀ, ਮੇਰੇ ਨਾ ਗੁਫ਼ਤਗੂ ਦਾ ਅੰਦਾਜ਼ ਬੜਾ ਅੱਛਾ ਹੈ ਕਿ ਖੁਦ ਨੂੰ ਹਮ ਕਹਿਣਾ ਔਰ ਉਰਦੂ ਬੋਲਣੀ ਔਰ ਬੜੀ ਇੱਜ਼ਤ ਦੇ ਨਾਲ ਔਰ ਬੜੀ ਨਫੀਸ ਜੁਗਤ ਕਰਨੀ ਔਰ ਹਾਜ਼ਰ ਸ਼ੋਅ ਉਹਨਾਂ ਦਾ ਨਾਮ ਰੱਖਾ ਹੋਇਆ ਹੈ। ਹਾਜ਼ਰ ਸ਼ੋਅ ਦਾ ਮਤਲਬ ਇਹ ਵੀ ਕਿ ਉਹਨਾਂ ਨੂੰ ਕਹਿਣਾ ਤੁਸੀਂ ਹੁਸੈਨ ਬਖਸ਼ ਗੁੱਲੂ ਸੁਣਾ ਦਿਓ। ਹਾਂ, ਤੁਸੀਂ ਅੱਖਾਂ ਬੰਦ ਕਰਨੀਆਂ ਤੇ ਉਹਨਾਂ ਨੇ ਸ਼ੁਰੂ ਕੀਤਾ ਤੇ ਤੁਸੀਂ ਕਹੋਗੇ ਹੁਸੈਨ ਬਖਸ਼ ਗੁੱਲੂ ਸਾਹਿਬ ਗਾ ਰਹੇ। ਹਾਂ ਜੀ, ਮਸਲਾ ਬਹੁਤ ਸੁਰੀਲੇ ਨੇ ਬੜੇ ਗੁਲਾਮ ਅਲੀ ਖਾਨ ਜੀ, ਮੂੰਹ ਉੱਧਰ ਕਰ ਲਓ ਤੇ ਉਹ ਗਾ ਰਹੇ ਨੇ ਤੇ ਬੜੇ ਗੁਲਾਮ ਅਲੀ ਖਾਨ ਲੱਗਣਗੇ। ਉਹ ਪਤਾ ਨਹੀਂ ਅੱਲਾਹ ਤਾਲਾ ਨੇ ਕੀ ਉਹਨਾਂ ਨੂੰ ਕੁਆਲਿਟੀ ਦਿੱਤੀ, ਉਹ ਰੇਟ ਹੀ ਉਹ ਦਬਾਉਂਦੇ ਨੇ ਕਿ ਉਹਦੇ ਵਿੱਚ ਉਹ ਗੁਲਾਮ ਅਲੀ ਸਾਹਿਬ, ਮਹਿਦੀ ਹਸਨ ਸਾਹਿਬ। ਅੱਛਾ। ਯਾਨੀ ਹੁਣ ਹੁਸੈਨ ਬਖਸ਼ ਗੁੱਲੂ ਸਾਹਿਬ ਤੋਂ ਅੱਗੇ ਉਹ ਸਾਰੇ ਸਿੰਗਰਾਂ ਦਾ ਗਾਣਾ, ਕਿਹੜੀ ਗੱਲ, ਹੁਸੈਨ ਬਖਸ਼ ਗੁੱਲੂ ਸਾਹਿਬ ਸਾਰੇ ਸਿੰਗਰਾਂ ਦਾ ਗਾਣਾ ਗਾਉਂਦੇ ਨੇ, ਉਹ ਇੱਕੋ ਹੀ ਬੰਦਾ ਗਾ ਲਓ ਤੇ ਸਮਝੋ ਸਾਰੇ ਹੀ ਫਲ ਸਰ। ਉਹ ਤੇ ਬਾਕੀ ਸਹੀ ਗੱਲ ਹੈ ਕਿ ਗੁਲਾਮ ਅਲੀ ਸਾਹਿਬ ਨੂੰ ਏਡਾ ਪੱਕਾ ਉਹ ਕਾਪੀ ਕਰਦੇ ਨੇ ਤੇ ਤੁਸੀਂ ਕਹੋਗੇ ਯਾਰ ਗੁਲਾਮ ਅਲੀ ਸਾਹਿਬ ਗਾ ਰਹੇ ਨੇ। ਮੈਂ ਫਨਕਾਰ ਆਦਮੀ, ਮੈਂ ਸੁਣ ਕੇ ਕਹਿੰਦਾ ਉਹਨਾਂ ਕੇ ਬਾਬਾ ਜੀ ਕਿਆ ਕਹਿੰਦੇ, ਵਾਹ ਵਾਹ, ਅਹਿਮਦ ਰੁਸ਼ਦੀ, ਇਹ ਨਈਅਰ, ਠੀਕ ਹੈ ਜੀ, ਮਹਿਦੀ ਹਸਨ ਸਾਹਿਬ, ਅਨੈਸਨ ਭੱਟੀ ਸਾਹਿਬ, ਡਿਟੋ ਕਾਪੀ ਕਰਨਗੇ ਉਹ। ਇਹ ਅੱਲਾਹ ਤਾਲਾ ਨੇ ਉਹਨਾਂ ਨੂੰ ਨਵਾਜ਼ਿਆ, ਲੇਕਿਨ ਉਹ ਕਮਰਸ਼ਲ ਉਹ ਅੱਜ ਤੱਕ ਨਹੀਂ ਹੋਏ ਮੇਰੀ, ਉਹਨਾਂ ਨੇ ਇੱਕ ਵੀ ਨਹੀਂ ਮੰਨੀ। ਮੈਂ ਉਹਨਾਂ ਨੂੰ ਕਿਹਾ ਬਾਬਾ ਜੀ ਚਲੋ ਮੇਰੇ ਕਹਿਣ 'ਤੇ ਇੱਕ ਅੱਧਾ ਨਹੀਂ ਕਿਤਾ ਵੀ ਮਾਰਾ ਹੀ ਕੰਮ ਨਹੀਂ ਸਾਹਿਬ ਨੂੰ ਸੁਣਾਇਆ। ਇੱਥੇ ਆਏ ਸਨ ਇੱਕ ਵਾਰੀ ਲਾਹੌਰ ਮੇਰੇ ਕੋਲ, ਮੈਂ ਲੈ ਗਿਆ ਸਟੂਡੀਓ ਤਾਂ ਉਹ ਸਾਹਿਬ ਮਿਲੇ। ਮੈਂ ਕਿਹਾ ਬਾਬਾ ਜੀ ਦਰ ਆਇਆ ਸੁਣੋ ਭਾਈ ਨੇ ਵੱਡੇ, ਉਹਨਾਂ ਨੇ ਸੁਣਿਆ ਕਿ ਬਾਬਾ ਜੀ ਇਹ ਬਰਸੀ ਵਾਲਾ ਗਾਣਾ ਗਾਉਂਦੇ ਨੇ। ਵਾਹ ਵਾਹ। ਯਾਨੀ ਬਰਸੀ ਦਾ ਗਾਣਾ ਮਤਲਬ ਆਮ ਬੰਦੇ ਦਾ ਕੰਮ, ਬਿਲਕੁਲ ਇਹ ਉਹਨਾਂ ਦੇ ਜਦੋਂ ਤਾਫੋ ਸਾਹਿਬ ਦਾ ਇਹ ਮਤਲਬ ਬਿਆਨ ਹੈ, ਕਹਿੰਦਾ ਤੁਸੀਂ ਫਿਰ ਆਪ ਸਮਝੋ ਕਿ ਗੱਲ ਕੀ। ਅੱਛਾ, ਬਾਬਾ ਜੀ ਦੀ ਗੱਲ ਸੁਣਨ ਵਾਸਤੇ ਜਾਂ ਕਰਨ ਵਾਸਤੇ ਤਾਂ ਬਹੁਤ, ਕਿਉਂਕਿ ਉਹਨਾਂ ਦੀਆਂ ਗੱਲਾਂ ਇਤਨੀਆਂ ਨੇ ਜੀ ਜੀ, ਔਰ ਇਤਨਾ ਉਹਨਾਂ ਦਾ ਉਹਨਾਂ 'ਚ ਖੁਦ ਇਤਨੀ ਵਰਾਇਟੀ ਹੈ ਅਤੇ ਉਹ ਇੱਕ ਪੂਰਾ ਇੱਕ ਰਾਤ ਚਾਹੀਦੀ ਹੈ, ਕਿਉਂਕਿ ਮੈਂ ਵੀ ਅਕਸਰ ਹਾਜ਼ਰ ਹੁੰਦਾ ਸਾਂ ਉੱਥੇ ਜਦੋਂ ਜਾਈਦਾ ਸੀ ਅਤੇ ਫਿਰ ਬਾਬਾ ਜੀ ਕੋਲ ਬੈਠ ਪੂਰੀ ਪੂਰੀ ਰਾਤ ਇੱਕ ਪੂਰੀ ਇੱਕ ਸੰਗਤ ਹੁੰਦੀ ਸੀ ਔਰ ਉੱਥੇ ਬਹੁਤ ਇੰਜੋਏ ਹੁੰਦਾ ਸੀ। ਅੱਛਾ ਸਖਾਵਾ ਸਾਹਿਬ, ਮਾਸ਼ਾਅੱਲਾ ਅੱਲਾਹ ਪਾਕ ਨੇ ਇਤਨੀ ਇੱਜ਼ਤ ਦਿੱਤੀ, ਇਤਨਾ ਨਾਮ ਤੁਸੀਂ ਕਮਾਇਆ ਔਰ ਆਪਣੇ ਮੁਲਕ ਦਾ ਨਾਮ ਪੂਰੀ ਦੁਨੀਆ 'ਤੇ ਰੋਸ਼ਨ ਕੀਤਾ, ਕਿਆ ਬਚਪਨ 'ਚ ਇਸ ਗੱਲ ਦਾ ਪਤਾ ਸੀ ਕਿ ਮੈਂ ਇੱਕ ਬਹੁਤ ਵੱਡਾ ਫਨਕਾਰ ਬਣਾਂਗਾ, ਜਾਂ ਬਿਲਕੁਲ ਨਹੀਂ ਸੀ ਇਹ ਜ਼ਿਹਨ 'ਚ, ਜਾਂ ਇਸ ਕੰਮ ਵੱਲ ਆਉਣ ਦਾ ਜ਼ਿਹਨ 'ਚ ਨਹੀਂ ਸੀ? ਬਿਲਕੁਲ ਹਸਨ ਬਾਈ, ਬਿਲਕੁਲ ਆਉਣ ਦਾ ਹੀ ਜ਼ਿਹਨ 'ਚ ਨਹੀਂ ਸੀ। ਅੱਛਾ। ਕਿਉਂਕਿ ਮੈਂ ਖਰਾਤ ਦਾ ਕੰਮ ਕਰਦਾ ਸੀ, ਸਕੂਲੋਂ ਜਦੋਂ ਬਾਗੀ ਹੋਏ, ਫਿਲਮਾਂ ਵੇਖਣ ਦਾ ਸ਼ੌਕ ਹੈ, ਲੇਕਿਨ ਇਹ ਨਹੀਂ ਸੀ ਸੋਚ ਕੇ ਅਸੀਂ ਵੀ ਅੱਜ ਇੱਥੇ ਤੱਕ ਪਹੁੰਚ ਜਾਵਾਂਗੇ, ਮਾਲਕ ਸਾਡੀ ਵੀ ਕੋਈ ਬਾਂਹ ਫੜ ਲੈ। ਖਰਾਦੀ ਆ ਸਮੇਂ ਬੜਾ ਅੱਛਾ, ਹੁਣ ਵੀ ਮੈਂ ਖਰਾਦ ਦਾ ਕੰਮ ਕਰ ਲੈਂਦਾ, ਬੈਟਰੀਆਂ ਦਾ ਕੰਮ ਕੀਤਾ, ਕਲੱਚ ਪਲੇਟਾਂ ਦਾ ਕੰਮ ਕੀਤਾ, ਯਾਨੀ ਮੈਂ ਮਾਰਕੀਟ 'ਚ ਵੀ ਮਸ਼ਹੂਰ ਹੁੰਦਾ ਸੀ ਦਾਣਾ।
ਛੋਟਾ ਜਿਹਾ ਹੋਣਾ, ਅੱਛਾ ਮੈਨੂੰ ਕਿਸੇ ਨੇ ਦਾਣਾ ਕਹਿ, ਕਿਸੇ ਨੇ ਛਲੇਡਾ ਕਹਿਣਾ, ਕਿਸੇ ਨੇ ਛੋਟਾ ਕਹਿਣਾ, ਹਾਂ ਇਹੋ ਜਿਹੇ ਮੇਰੇ ਨਾਂ ਹੁੰਦੇ ਕਿਉਂਕਿ ਫੁਰਤੀਲੀ ਸੀ ਤੁਹਾਡੇ ਕੰਮ ਚੋਂ ਅੱਜ ਵੀ ਮਾਸ਼ਾਅੱਲਾ। ਦੁਕਾਨ ਤੋਂ ਮੈਂ ਲੰਘ ਰਿਹਾ ਤੇ ਮੈਂ ਛੇੜਦਾ ਹੁੰਦਾ ਸਾਂ ਕਿਸੇ ਨਾ ਕਿਸੇ ਨੂੰ। ਇੱਕ ਬੜਾ ਅੱਛਾ ਵਾਕਿਆ ਨਾਚ ਸਿਨੇਮੇ 'ਚ, ਮੈਂ ਰੋਜ਼ੇ 'ਚ ਆਪਣਾ ਡਰਾਮਾ ਕਰਦਾ ਹੁੰਦਾ ਸੀ, ਤੁਹਾਨੂੰ ਪਤਾ ਹੀ ਜੀ ਜੀ ਫੈਸਲਾਬਾਦ ਹਰ ਸਾਲ। ਇੱਕ ਬੰਦਾ ਆ ਕੇ ਡਰਾਮਾ ਵੇਖ ਰਿਹਾ, ਰੋਜ਼ ਉਹਨੇ ਬਹਿਣਾ, 1000 ਦੀ ਟਿਕਟ ਲੈ ਕੇ 1500 ਦੀ ਟਿਕਟ ਲੈ ਕੇ ਫਰੰਟ 'ਤੇ ਬਹਿਣਾ ਅਤੇ ਉਹਨੇ ਮੇਰੇ ਵੱਲ ਵੇਖਣਾ ਅਤੇ ਖੁਸ਼ ਹੋਣਾ। ਚੌਥੇ ਪੰਜਵੇਂ ਦਿਨ ਉਹ ਹੈ ਤੇ ਸਾਡਾ, ਮਤਲਬ ਜਦੋਂ ਮੈਂ ਲਾਰੀ ਅੱਡਾ ਹੀ ਕੰਮ ਕਰਦਾ ਉੱਥੇ ਉਹਨਾਂ ਦੀ ਦੁਕਾਨ ਸੀ ਇਲੈਕਟ੍ਰੀਸ਼ਨ ਦੀ, ਠੀਕ ਹੈ। ਉਹ ਹੁਣ ਇੱਕ ਦਿਨ ਪਿੱਛੇ ਆਏ ਤਸਲੀਮ ਅਬਾਸ ਦੇ ਨਾਲ, ਮਹੱਲੇਦਾਰੀ ਵੀ ਸੀ ਸਾਡੇ, ਪਿੱਛੇ ਆ ਕੇ ਮਿਲਿਆ ਮੈਨੂੰ ਆ ਗਿਆ, ਹਾਂ ਵੀ ਸੁਣਾ ਵੀ ਕੀ ਹਾਲ ਹੈ, ਠੀਕ ਹੈ ਸਖਾਵਤ ਪੱਪੂ। ਉਹ ਵੀ ਮਤਲਬ ਮਾਰਕੀਟ 'ਚ ਵੀ ਉਦੋਂ ਛੋਟਾ ਹੀ ਸੀ ਅਤੇ ਪੱਪੂ ਹੀ ਕਹਿੰਦੇ ਸਰਦਿਆਂ ਨੂੰ। ਉਹ ਕਹਿੰਦਾ ਯਾਰ ਤਾਂ ਵੇਖੀ ਜਾ ਰਿਹਾ ਮੇਰੇ, ਅਤੇ ਮੈਂ ਥੋੜ੍ਹਾ ਜਿਹਾ ਨਾ ਸ਼ਰਮਿੰਦਾ ਹੋਇਆ, ਮੈਂ ਕਿਹਾ ਪਤਾ ਨਹੀਂ ਉਹ ਵੇਲਾ ਯਾਦ ਆ ਰਿਹਾ ਇਹਨਾਂ ਨੂੰ। ਅਤੇ ਮੈਨੂੰ ਜੱਫੀ ਪਾਈ, ਕਹਿੰਦਾ ਯਾਰ ਤੈਨੂੰ ਮੈਂ ਡਰਾਮਾ ਵੇਖ ਲਿਆ 5-6 ਦਿਨ। ਮੈਂ ਕਿਹਾ ਭਾਅ ਜੀ ਮੈਂ ਰੋਜ਼ ਵੇਖਣਾ ਤੁਸੀਂ ਬੈਠੇ ਹੁੰਦੇ, ਅਤੇ ਮੈਨੂੰ ਕਹਿੰਦੇ ਪਛਾਣਿਆ, ਕਹਿੰਦੇ ਹਾਂ। ਮੈਂ ਕਿਹਾ ਭਾਅ ਜੀ ਤੁਸੀਂ ਉਹ ਇਲੈਕਟ੍ਰੀਸ਼ਨ, ਉਹ ਨੁੱਕਰ 'ਤੇ ਦੁਕਾਨ ਦੇਸ਼ ਮਾਰਕੀਟ 'ਤੇ? ਕਹਿੰਦਾ ਆਹੋ ਆਹੋ ਆਹੋ। ਅਤੇ ਕਹਿੰਦਾ ਤੈਨੂੰ ਮੈਂ ਗੌਰ ਨਾਲ ਕਿਉਂ ਵੇਖ ਰਿਹਾ? ਮੈਂ ਕਿਹਾ ਕਿਉਂ ਵੇਖ ਰਿਹਾ? ਕਹਿੰਦਾ ਤੂੰ ਜਦੋਂ ਆਉਂਦਾ ਹੁੰਦਾ ਸੀ ਉੱਥੇ ਦੁਕਾਨ 'ਤੇ, ਮੈਂ ਦੁਕਾਨ 'ਤੇ ਖੜ੍ਹੇ ਹੋਣਾ, ਤੂੰ ਕੋਈ ਆਈਟਮਾਂ ਸੁਣਾਉਣੀਆਂ ਵੀ ਤੰਗ ਕਰਨਾ, ਅਤੇ ਮੈਂ ਤੈਨੂੰ ਕਿਹਾ ਇੱਕ ਵਾਰੀ ਖਿਜੇ ਆਇਆ ਸਾ, ਮੈਂ ਕਿਹਾ ਚੱਲ ਦੌੜ ਜਾ, ਤਾਂ ਸੁਬਾਹ ਸੁਬਾਹ ਦਾ ਟਾਈਮ ਹੈ, ਤੂੰ ਆ ਕੇ ਸਤਾਉਣ ਲੱਗ ਪਿਆ, ਚੱਲ ਦੌੜ ਮੈਂ ਮਾਰਾਂਗਾ ਤੈਨੂੰ। ਕਹਿੰਦਾ ਤੂੰ ਮੈਨੂੰ ਕਿਹਾ ਸੀ ਕਿ ਭਾਅ ਜੀ ਅੱਜ ਤੁਸੀਂ ਮੈਨੂੰ ਨਹੀਂ ਵੇਖ ਰਹੇ, ਕੱਲ੍ਹ ਤੁਸੀਂ ਮੈਨੂੰ ਟਿਕਟ ਲੈ ਕੇ ਵੇਖਣਾ, ਅਤੇ ਮੈਨੂੰ ਮੇਰੇ ਜ਼ਿਹਨ 'ਚ ਵੀ ਨਹੀਂ ਗੱਲ, ਉਸ ਬੰਦੇ ਨੂੰ ਯਾਦ ਸੀ, ਠੀਕ ਹੈ। ਉਹਨੇ ਕਿਹਾ ਕਿ ਅੱਜ ਵੇਖ ਲਾ, ਮੈਂ 6 ਦਿਨ ਹੋ ਗਏ ਟਿਕਟ ਲੈ ਕੇ ਤੈਨੂੰ ਵੇਖ ਰਿਹਾ, ਮੈਨੂੰ ਇਹ ਕਹਿੰਦਾ ਗੱਲ ਯਾਦ ਆ ਰਹੀ, ਤੇ ਮੈਂ ਇਹ ਲਾਉਂਦਾ ਯਾਰ ਬਹੁਤ ਅੱਛਾ। ਉਹਨੂੰ ਯਾਦ, ਉਸ ਬੰਦੇ ਨੂੰ ਯਾਦ ਕਿ ਮੇਰੇ ਕੋਲ ਇਹ ਗੱਲ ਹੋਈ। ਤੁਸੀਂ ਭੁੱਲ ਗਏ, ਤੁਹਾਡੇ ਮੁਹੱਲੇ 'ਚ ਨਾ ਬਹੁਤ ਜ਼ਿਆਦਾ ਸ਼ਰਾਰਤੀ ਲੋਕ ਸਨ, ਔਰ ਬੜੀਆਂ ਸ਼ਰਾਰਤਾਂ ਹੁੰਦੀਆਂ ਸਰ। ਸਰ ਜੁਗਤ ਬਹੁਤ ਹੁੰਦੀ, ਹਾਂ। ਇੰਨੀਆਂ ਸ਼ਰਾਰਤਾਂ ਦੇ ਵਿੱਚੋਂ, ਇੰਨੀਆਂ ਜੁਗਤਾਂ ਦੇ ਵਿੱਚੋਂ, ਔਰ ਤੁਸੀਂ ਨੁਮਾਇਆ ਸੋ, ਔਰ ਅੱਜ ਵੀ ਨੁਮਾਇਆ ਉਸ ਮੁਹੱਲੇ 'ਚ, ਇਹਦੀ ਕੀ ਖਾਸ ਵਜ੍ਹਾ ਸੀ? ਇਹਦੀ ਹਸਨ ਭਾਈ ਕੋਈ ਦੁਆ ਹੀ ਹੈ, ਕੋਈ ਵੱਡਿਆਂ ਦੀ, ਕੋਈ ਪਤਾ ਨਹੀਂ ਕੋਈ ਨਦਾਨੀ 'ਚ ਕੋਈ ਐਸੀ ਨੇਕੀ ਕਰ ਬੈਠਾ। ਅੱਛਾ, ਜਿਹੜੀ ਕੋਈ ਮਾਲਕ ਨੂੰ ਪਸੰਦ ਆ ਗਈ, ਜਾਂ ਮਾਂ ਪਿਓ ਕੋਈ ਥੋੜ੍ਹਾ ਜਿਹਾ ਮੇਰੇ ਤੋਂ ਰਾਜ਼ੀ ਹੋਵੇ, ਉਹਨਾਂ ਨੇ ਦੁਆ ਦੇ ਦਿੱਤੀ, ਕੋਈ ਉਹਨਾਂ ਦਾ ਅਸਰ, ਜਾਂ ਦੇਖਣ ਵਾਲਿਆਂ ਦੀ ਕੋਈ ਐਸੀ ਚਾਹਤ ਮਿਲੀ ਅਤੇ ਉਹਨਾਂ ਦੀ ਦੁਆ ਕੰਮ ਕਰ ਗਈ, ਵਰਨਾ ਮੇਰੇ ਪੱਲੇ ਕੁਝ ਵੀ ਨਹੀਂ। ਮੇਰੇ ਤੋਂ ਬਹੁਤ ਚੰਗਾ ਕਰਨ ਵਾਲੇ ਬੈਠੇ, ਹੁਣ ਵੀ ਮੇਰੇ ਮੁਹੱਲੇ 'ਚ ਬਹੁਤ ਮਾਸ਼ਾਅੱਲਾ ਹਾਜ਼ਰ ਜਵਾਬ, ਹਾਜ਼ਰ ਦਿਮਾਗ ਵੀ ਮੁਹੱਲੇ ਦੀਆਂ, ਕੋਈ ਜਿਸ ਤਰ੍ਹਾਂ ਕੋਈ ਗੱਲਾਂ, ਕੋਈ ਜੁਗਤਾਂ, ਕੋਈ ਚੀਦਾ ਚੀਦਾ ਕਰ, ਕੋਈ ਇਸ ਵੇਲੇ ਜ਼ਿਹਨ 'ਚ ਹੋਣ? ਉਹ ਨੱਜਾ ਆਪਣਾ, ਹਾਂਜੀ, ਉਹ ਵੀ ਬਚਪਨ ਗੁਜ਼ਰਿਆ ਸਾਡਾ, ਉਹਨਾਂ ਨਾਲ ਵੀ ਭਰਾ ਹੈ ਬੜਾ ਪਿਆਰ, ਅਤੇ ਉਹ ਇੱਕ ਜਗ੍ਹਾ ਤੋਂ ਨਾਸ਼ਤਾ ਕਰਦਾ ਹੁੰਦਾ ਸੀ ਉਧਾਰ। ਅੱਛਾ, ਅੱਛਾ, ਇਹ ਹੁਣ ਮੁਹੱਲੇ ਦੀ ਗੱਲ ਹੈ। ਨਾਸ਼ਤਾ ਕਰ ਰਿਹਾ ਅਤੇ 8 ਕਰਦਾ ਰਿਹਾ, ਪੈਸੇ ਨਹੀਂ ਦਿੱਤੇ, ਅਤੇ ਹੁਣ ਫਿਰ ਉੱਠਿਆ ਸੁਬਾਹ, ਉਹ ਤੰਦੂਰ ਵਾਲਾ ਸੀ ਭਾਰ ਰੱਖਾ, ਅੱਛਾ ਬਹੁਤ ਹੋ ਗਿਆ, ਉਹ ਤੰਦੂਰ ਲਾ ਰਿਹਾ ਅਤੇ ਮੁਸਤਫਾ ਕੁਰੈਸ਼ੀ ਦਾ ਫੈਨ ਸੀ ਉਹ, ਅੱਛਾ, ਕਾਲੀ ਕਮੀਜ਼ ਅਤੇ ਚਿੱਟੀ ਚਾਦਰ ਉਹਨੇ ਬੰਨ੍ਹਣੀ, ਉੱਤੇ ਇੱਥੇ ਮਫਰਲ ਬੰਨ੍ਹ ਕੇ ਅਤੇ ਰੋਟੀ ਉਹਨੇ ਇੰਜ ਲਾਉਣੀ, ਅਤੇ ਜੇ ਕਿਸੇ ਨੇ ਕਹਿਣਾ ਭਾਰ ਰੱਖੇ 2 ਰੋਟੀਆਂ ਲਾਈ ਅਤੇ ਇੰਜ ਦਿਲ ਵੇਖਣਾ, ਮੁਸਤਫਾ ਕੁਰੈਸ਼ੀ ਵਾਂਗੂ ਹਾਈ ਸਪੀਡ ਦੀ ਟਰਨ ਉਹਨੇ ਦੇਣੀ, ਅੱਛਾ, ਠੀਕ ਹੈ, ਅਤੇ ਫਿਰ ਉਹਨੇ ਕਹਿਣਾ ਕਿੰਨੀਆਂ ਲਾਉਣੀਆਂ। ਹੁਣ ਨੱਜਾ ਉਹਦੇ ਕੋਲ ਉਧਾਰ ਖਾ ਰਿਹਾ ਨਾਸ਼ਤਾ, ਮੈਂ ਅਤੇ ਨੱਜਾ ਅਸੀਂ ਦੋਵੇਂ ਆ ਰਹੇ ਹਾਂ, ਅਤੇ ਹੁਣ ਉਹ ਬੰਦਾ ਤਪਿਆ ਬੇਟਾ, ਕਹਿੰਦਾ ਅੱਜ ਨੱਜਾ ਆ ਰਿਹਾ, ਅੱਜ ਮੈਂ ਵੇਖ ਲਾਂਗੇ। ਅੱਛਾ, ਇਹ 8 ਹੋ ਗਏ ਲਾ ਰਹੇ ਮੈਨੂੰ ਪੈਸੇ ਨਹੀਂ ਦੇ ਰਹੇ, ਤਾਂ ਉਹਨੂੰ ਕਹਿੰਦਾ ਹਾਂ ਨੱਜੇ ਅੱਜ ਪੈਸੇ ਦੇਂਗਾ ਅਤੇ ਇੱਥੋਂ ਜਾਏਗਾ, ਅੱਜ ਤੈਨੂੰ ਮੈਂ ਇੱਥੋਂ ਹਿੱਲਣ ਨਹੀਂ ਦੇਣਾ। ਹੁਣ ਅਤਾਈ ਗੁੱਸੇ ਹੋ ਗਿਆ, ਅਤੇ ਨੱਜਾ ਹੁਣ ਅੱਗੇ ਸੁੱਤਾ ਉੱਠਿਆ, ਵਾਲ ਵੇਖ ਰਹੇ ਨੇ, ਪਿੰਜ ਵੇਖ ਰਿਹਾ, ਕਹਿੰਦਾ ਉਹ ਭਾਰ ਰੱਖਿਆ ਸੁਬਾਹ ਸੁਬਾਹ ਆਰਾਮ ਨਾ ਬਈ, ਐਵੇਂ ਮੈਨੂੰ ਨਾਸ਼ਤਾ ਨਾ ਕਰਾ ਬਈ। ਕਹਿੰਦਾ ਮੈਨੂੰ ਹੋਰ ਨਾ ਕਰਾ ਬਈ। ਅੱਛਾ, ਇਹਦੀ ਗੱਲ ਵੀ ਕੁਝ ਜਲੇਬੀਆਂ ਲੈ ਕੇ ਲਤੀਫਾ ਵੀ, ਉਹ ਵੀ ਸੱਚਾ ਵਾਕਿਆ, ਮੇਰੀ ਫੁੱਫੀ ਦਾ ਬੇਟਾ ਸੀ ਭਾ ਬਾਲਾ, ਅੱਛਾ ਅੱਛਾ, ਇਕਬਾਲ ਫੈਸਲਾਬਾਦੀ ਆਪਣਾ ਨਾਮ ਉਹਨੇ ਆਪੇ ਰੱਖਿਆ ਸੀ। ਗੁੱਡ, ਠੀਕ ਹੈ ਠੀਕ ਹੈ, ਤੇ ਉਹ ਫਾਈਟਰ ਵੀ ਰਿਹਾ ਇੱਥੇ ਚਾਈਨਾ ਸਾਹਿਬ ਦੇ ਸ਼ਹੀਦ ਸੀ, ਹਾਂ ਮੈਂ ਜਾਣਦਾ, ਬਾਬਾ ਬੱਬੂ ਤੇ ਦੋਵੇਂ, ਜਿਹੜਾ ਮੇਰਾ ਵੱਡਾ ਭਾਈ ਤੇ ਇਕਬਾਲ ਭਾਈ, ਬਾਡੀ ਬਿਲਡਰ ਔਰ ਮਾਸ਼ਾਅੱਲਾ ਬੜੇ ਜਣੇ ਜਵਾਨ, ਤੇ ਇਹਦਾ ਵਾਕਿਆ ਵੀ ਸਫੇਦ ਮਤਲਬ ਰੰਗ ਪੇਂਟ ਦਾ ਕੰਮ ਵੀ ਕਰਦੇ, ਮੇਰੇ ਵਾਲਦ ਸਾਹਿਬ ਵੀ ਉਹੀ ਕਰਦੇ ਸਨ, ਜੀ ਜੀ, ਠੀਕ ਹੈ, ਵੱਡਾ ਭਾਈ ਵੀ ਉਹ ਕਰਦਾ, ਮੈਂ ਵੀ ਕਰਦਾ ਰਿਹਾ, ਠੀਕ ਹੈ। ਉਹ ਹੁਣ ਇਹੀ ਕੰਮ ਕਰਦਾ ਸੀ, ਉਹ ਕੰਮ ਕਰਦੇ ਕਰਦੇ ਕਿਤੇ ਉਹਨੂੰ 1/2 ਮਠਿਆਈ ਉਹਨੇ ਉਧਾਰ ਲਈ ਬੰਦੇ ਕੋਲੋਂ, ਉਹ ਖਾ ਲਈ, ਨਾਲ ਦੂਸਰੇ ਬੰਦੇ ਨੂੰ ਵੀ ਖਵਾ ਦਿੱਤੀ, ਅਤੇ ਹੁਣ ਜਦੋਂ ਉਹਦੇ ਪੈਸੇ ਦੇਣੇ ਸੀ ਨਾ, ਅਤੇ ਉਹਦੀ ਦੁਕਾਨ ਕੋਲ ਲੰਗੜਾ ਬਣ ਕੇ ਲੰਘ ਰਿਹਾ। ਵੇਖੋ, ਦੁਕਾਨਦਾਰ ਕਹਿੰਦਾ ਉਹ ਬਾਲਿਆ, ਕਹਿੰਦਾ ਮੈਂ ਤੈਨੂੰ ਪਛਾਣ ਲਿਆ, ਕਹਿੰਦਾ ਪਛਾਣ ਲਿਆ ਤੇ 1/2 ਹੋਰ ਦੇ ਦੇ।
ਬਹੁਤ ਅੱਛੇ ਇਹ ਉਹ ਸੱਚੀ ਮੁੱਚੀ ਦੀ ਮਤਲਬ ਜੁਗ ਤੇ ਸੱਚੀ ਮੁੱਚੀ ਦਾ ਵਾ ਕਿ ਸਾਡੇ ਕੋਲ ਭੋਲਾ ਸੀ ਭਾ ਭੋਲਾ ਜਹਾਜ਼ ਹੋ ਗਿਆ ਨਸ਼ਈ ਹੀਰਵਨ ਪੀਣ ਲੱਗ ਪਿਆ ਤੇ ਬਰੀਕ ਆਦਮੀ ਉਹਦੀ ਵਾਲਦਾ ਫੌਤ ਹੋ ਗਈ ਤੇ ਹੁਣ ਪਤਾ ਨਹੀਂ ਆਪ ਕੋ ਸਮਾਨ ਲੈਣ ਚਲਾ ਗਿਆ ਫੁੱਲ ਜਾਂ ਹਾਰ ਜਾਂ ਕਿੱਥੇ ਚਲਾ ਗਿਆ ਤੂੰ ਵੇਟ ਕਰ ਰਹੇ ਨੇ ਕਿ ਪੁੱਤਰ ਆਏਗਾ ਤੇ ਮਾਂ ਨੂੰ ਲੈ ਕੇ ਜਾਣਾ ਉਹ ਆਇਆ ਕੋਈ ਅੱਧੇ ਘੰਟੇ ਬਾਅਦ ਚੁੱਕਿਆ ਜਨਾ ਭੋਲਿਆ ਕਿੱਥੇ ਸੀ ਤੈਨੂੰ ਉਡੀਕ ਦੇ ਅੰਮੀ ਨੂੰ ਲੈ ਕੇ ਜਾਣਾ ਗਦਰ ਲੈ ਜਾਂਦੇ ਮੈਂ ਕਿਉਂ ਕਬਰ ਦੀ ਚਾਬੀ ਸੀ ਕਹਿੰਦੇ ਤੁਸੀਂ ਲੈ ਜਾਂਦੇ ਮੈਂ ਪਹੁੰਚ ਹੀ ਸਕਣਾ ਸੀ ਇਹ ਆਮ ਰੂਟੀਨ ਦੀ ਆਮ ਰੂਟੀਨ ਦੀਆਂ ਗੱਲਾਂ ਨੇ ਉੱਤੇ ਜਿਹੜੀਆਂ ਹੁਣ ਬਾਬਾ ਇੱਕ ਚਾਚਾ ਆਵਾਜ਼ ਸੀ ਸਾਡੇ ਰੇਹੜੀ ਲਾਉਂਦਾ ਸੀ ਅੱਛਾ ਠੀਕ ਹੈ ਉਹਨੇ ਸਾਰੀ ਜ਼ਿੰਦਗੀ ਅਸੀਂ ਜਦੋਂ ਹੋਸ਼ ਸੰਭਾਲੀ ਨਾ ਅਤੇ ਵੱਡੇ ਹੋਣ ਤੱਕ ਦੇਖਿਆ ਕੋਈ ਗੰਢੇਰੀਆਂ ਵੇਚ ਰਿਹਾ ਅੱਛਾ ਹੋਰ ਕੋਈ ਸੌਦਾ ਹੀ ਨਹੀਂ ਉਹਨੇ ਲਾਇਆ ਅੱਛਾ ਗੰਢੇਰੀ ਪੇੜੇ ਗੰਢੇਰੀ ਪੇੜੇ ਗੰਢੇਰੀ ਪੇੜੇ ਇਹੀ ਉਹਦੀ ਆਵਾਜ਼ ਹੁੰਦੀ ਸੀ ਠੀਕ ਹੈ ਇੱਕ ਵਾਰੀ ਉਹਨੂੰ ਮਰੂੰਡਾ ਲਵਾ ਤਾ ਤੇ ਉਹਨੇ ਉਹ 'ਚ ਵੀ ਕਹਿ ਤਾ ਮਰੂੰਡਾ ਲਓ ਨਾਲ ਪੇੜੇ ਵੀ ਲਓ ਇੱਕ ਪੱਕ ਹੋਇਆ ਉਸ ਆਵਾਜ਼ ਦਾ ਪੇੜੇ ਉਹਨੂੰ ਗੰਢੇਰੀਆਂ ਪੇੜੇ ਉਹ ਕਹਿਣਾ ਪੈਣਾ ਠੀਕ ਹੈ ਜੀ ਹੁਣ ਸੂਦਾ ਸਾਡਾ ਦੋਸਤ ਮੇਰਾ ਬੰਦਾ ਰਿਕਸ਼ਾ ਚਲਾਉਂਦਾ ਚਾਚਾ ਸੂਦਾ ਠੀਕ ਹੈ ਸੂਦਾ ਰਿਕਸ਼ੇ ਵਾਲਾ ਮੈਂ ਰੋਲ ਵੀ ਕੀਤਾ ਆਪਣੇ ਚੈਨਲ ਤੇ ਯੂਟਿਊਬ ਚੈਨਲ ਉਹਦੇ ਉੱਤੇ ਉਹ ਹੁਣ ਲੰਘ ਰਿਹਾ ਹੁਣ ਉਹ ਚਾਚਾ ਰੇਹੜੀ ਵਾਲਾ ਠੀਕ ਹੈ ਉਹਦਾ ਹੁਣ ਪੇੜੇ ਉਹਦਾ ਬਣਾ ਲਿਆ ਅਸੀਂ ਕਿ ਪੇੜੇ ਹੀ ਵੇਚਦਾ ਮੇਰੇ ਕੋਲ ਫਲਾਣੀ ਚੀਜ਼ ਵੀ ਹੋਵੇ ਤੇ ਕਹਿੰਦਾ ਉਹ ਲਓ ਨਾਲ ਪੇੜੇ ਵੀ ਲਓ ਉਹ ਲਓ ਪੇੜੇ ਵੀ ਲਓ ਇਹ ਅਸੀਂ ਆਪਸ 'ਚ ਬਣਾਇਆ ਹੁਣ ਉਹ ਸਾਈਕਲ ਸਾਈਕਲ ਲੈ ਕੇ ਆ ਰਿਹਾ ਤੇ ਉਹਨੂੰ ਕਹਿੰਦਾ ਚਾਚਾ ਪੇੜੇ ਅਗਰ ਰੇਹੜੀ ਪੇੜੇ ਪਰੇ ਕਰੀ ਮੈਂ ਸਾਈਕਲ ਪੇੜੇ ਲੰਘਾਉਣਾ ਕਹਿੰਦਾ ਤੂੰ ਬਕਵਾਸ ਪੇੜੇ ਕਰ ਲੈਂਦੇ ਆ ਮੈਂ ਤੇਰੇ ਅੱਬੇ ਪੇੜੇ ਨੂੰ ਸ਼ਿਕਾਇਤ ਲਾਈ ਨਾ ਉਹਨੇ ਤੇਰੇ ਚੰਡ ਪੇੜੇ ਮਾਰਨੇ ਤੇ ਤੂੰ ਰੋਂਦੇ ਪੇੜੇ ਮੇਰੇ ਕੋਲ ਆਉਣਾ ਸੱਚੀ ਮੁੱਚੀ ਦੀਆਂ ਗੱਲਾਂ ਨੇ ਜਿਹੜੀਆਂ ਉੱਥੇ ਚੱਲਦੀਆਂ ਹੁਣ ਤੱਕ ਵੀ ਕਈ ਐਸੇ ਜੀ ਨੇ ਜਿਹਨਾਂ ਨਾਲ ਰੂਹਦਾਰੀ ਹੁੰਦੀ ਗੱਲ ਫਸ ਜਾਂਦੀ ਤੇ ਉਹ ਬੜਾ ਮਜ਼ਾ ਆਉਂਦਾ ਫਿਰ ਲੇਕਿਨ ਉਹ ਹੁਣ ਉਹ ਗੱਲਾਂ ਨਹੀਂ ਰਹੀਆਂ ਉਹ ਗੱਲਾਂ ਨਹੀਂ ਰਹੀਆਂ ਜਿਸ ਤਰ੍ਹਾਂ ਪਹਿਲੇ ਹੀ ਜਾਂ ਫਿਰ ਅਸੀਂ ਉਸ ਟਾਈਮ 'ਚ ਅੱਗੇ ਆ ਗਏ ਹਾਂ ਨਹੀਂ ਅਸਰ ਬਈ ਹੁੰਦਾ ਵਕਤ ਮਤਲਬ ਇੱਕ ਦੌਰ ਸੀ ਸਾਨੂੰ ਗਰਮੀ ਲੱਗਦੀ ਨਹੀਂ ਸੀ ਹੁੰਦੀ ਠੀਕ ਹੈ ਤੇ ਹੁਣ ਗਰਮੀ ਇੰਨੀ ਲੱਗਦੀ ਹੈ ਫਿਰ ਹੁਣ ਮੈਂ ਆਪਣੇ ਤੌਰ 'ਤੇ ਜਿਹੜਾ ਸੋਚਿਆ ਨਾ ਉਹ ਇਹ ਵੇ ਕਿ ਜਿਹੜਾ ਹੁਣ ਸਾਡੀ ਏਜ 'ਚ ਨੇ ਉਹਨੂੰ ਨਹੀਂ ਲੱਗ ਰਹੀ ਗਰਮੀ ਬਸ ਉਦੋਂ ਜਦੋਂ ਸਾਨੂੰ ਨਹੀਂ ਸੀ ਲੱਗਦੀ ਉਸ ਉਮਰ 'ਚ ਜਿਹੜਾ ਹੁਣ ਇਹਨੂੰ ਉਹਨੂੰ ਨਹੀਂ ਲੱਗਦੀ ਉਹ ਵੀ ਉਂਝ ਹੀ ਫਿਰ ਰਹੇ ਨੇ ਬੱਚੇ ਮੈਂ ਵੇਖਣਾ ਬਿਲਕੁਲ ਉਹ ਸਿਆਣੇ ਕਹਿੰਦੇ ਨੇ ਨਾ ਕਿ ਵਕਤ ਨਹੀਂ ਲੰਘਦਾ ਇਨਸਾਨ ਵਕਤ ਦੇ ਵਿੱਚੋਂ ਮਾਸੜ ਵਲੈਤੀ ਮਤਲਬ ਤਾਇਆ ਤਾਇਆ ਲੱਗਦਾ ਸੀ ਉਹਨਾਂ ਦਾ ਅੱਗੋ ਸਹੁਰਾ ਉਹ ਬਾਬੇ ਨੂੰ ਨਜ਼ਰ ਨਹੀਂ ਚਾਹੀਦਾ ਅੱਖਾਂ ਉਹਨਾਂ ਦੀਆਂ ਬਲੈਂਡ ਹੋ ਗਈਆਂ ਉਸ ਤੌਰ 'ਚ ਬਚਪਨ 'ਚ ਅੱਖਾਂ ਬਣਾਉਣੀਆਂ ਬੜਾ ਕੰਮ ਸੀ ਉਦੋਂ ਤੇ ਹੁਣ ਤੇ ਮਾਸ਼ਾਅੱਲਾ ਬੜਾ ਜਲਦੀ ਹੋ ਗਈ ਤੇ ਉਹਦੀ ਜੇਬ 'ਚ ਮਰਿਆ ਚੂਹਾ ਪਾਤਾ ਸੀ ਚੂਹਾ ਮਰਿਆ ਮੁਹੱਲੇ 'ਚ ਪਿਆ ਬੱਚਿਆਂ ਦੀ ਖੇਡ ਬਣ ਜਾਂਦੀ ਧਾਗਾ ਬਣ ਕੇ ਕਮਾਈ ਉਹ ਕਿਤੇ ਮੈਂ ਉਹਦੀ ਜੇਬ 'ਚ ਪਾਤਾ ਨਹੀਂ ਕਰੀ ਠੀਕ ਹੈ ਉਹਨੇ ਹੱਥ ਪਾਇਆ ਤੈਨੂੰ ਕਿਹਾ ਨਰਮ ਨਰਮ ਕੀ ਲੱਗਣ ਡਿਆ ਫਿਰ ਅਸੀਂ ਚਾਰ ਦੋਸਤ ਹੁੰਦੇ ਸੀ ਬਿੱਲਾ ਰਿਆਜ਼ ਸੂਦਾ ਤੇ ਮੈਂ ਇੱਕ ਸਾਡਾ ਕਜ਼ਨ ਸੀ ਮੇਰੇ ਤਾਏ ਦਾ ਬੇਟਾ ਸ਼ਰਾਫਤ ਉਹ ਖੈਰ ਜਿੰਨਾ ਸ਼ਰਾਰਤਾਂ ਦੇ ਸਾਡੇ ਨਾਲ ਨਹੀਂ ਸੀ ਹੁੰਦਾ ਹੁਣ ਜੋ ਸਾਡਾ ਉਹ ਵੀ ਪੰਜ ਬੰਦਿਆਂ ਦਾ ਦੋਸਤ ਚਾਰ ਇਹ ਚਾਰ ਤੇ ਅਸੀਂ ਪੱਕੇ ਹੁੰਦੇ ਸੀ ਤੇ ਸਾਡੇ ਜਿਹਨੇ ਸ਼ਿਕਾਇਤ ਆਉਣੀ ਨਾ ਜਿਹਨੂੰ ਤੰਗ ਕੀਤਾ ਤੇ ਉਹਨੇ ਸਾਡਾ ਨਾਂ ਨਹੀਂ ਲੈਣਾ ਸਾਡੇ ਵਾਲਦਾਂ ਦੇ ਨਾਂ ਲੈਂਦੇ ਸਨ ਅੱਛਾ ਠੀਕ ਹੈ ਠੀਕ ਹੈ ਮੇਰੇ ਪਿਓ ਨੂੰ ਸੋਮੀ ਕਹਿੰਦੇ ਸਨ ਉਹਨੇ ਸੋਮੀ ਦਾ ਮੁੰਡਾ ਅਖਤਰ ਦਾ ਮੁੰਡਾ ਸ਼ੀਰੀ ਦਾ ਮੁੰਡਾ ਤੇ ਆਪਣਾ ਮਨਜ਼ੂਰ ਦਾ ਮੁੰਡਾ ਇਹ ਚਾਰ ਨੇ ਇਹ ਚਾਰ ਹੀ ਨੈਸ਼ ਨੇ ਠੀਕ ਹੈ ਇੱਕ ਨੇ ਵੀ ਸ਼ਰਾਰਤ ਕੀਤੀ ਤੇ ਚਾਰਾਂ ਦੇ ਪੈਣ ਤੇ ਸਾਡੇ ਚੋਂ ਮਾਰ ਜ਼ਿਆਦਾ ਪੈਂਦੀ ਨਹੀਂ ਸੀ ਉਹਨੂੰ ਬਿੱਲੇ ਨੂੰ ਅੱਛਾ ਅਸੀਂ ਨਿਕਲ ਜਾਣਾ ਤੇ ਉਹਨੇ ਫਸ ਜਾਣਾ ਬਹੁਤ ਹੋ ਗਿਆ ਉਹ ਸਾਡਾ ਦੋਸਤ ਅੱਲਾ ਜ਼ਿੰਦਗੀ ਦਾ ਮੇਰੇ ਆਸ ਹੈ ਸੌਦਾ ਤੇ ਮੈਂ ਠੀਕ ਹੈ ਤੇ ਉਹ ਬਿੱਲਾ ਜਿਹੜਾ ਉਹ ਫੌਤ ਹੋ ਗਿਆ ਸਾਡੇ ਤੋਂ ਸ਼ਰਾਰਤ ਅਸੀਂ ਕਰਨੀ ਮਾਰ ਉਹਨੂੰ ਕਹਿ ਇਹ ਸਿਲਸਿਲਾ ਚੱਲਦਾ ਹੁੰਦਾ ਸੀ ਇਹ ਪੱਕੇ ਜੋਟੀਦਾਰ ਅਸੀਂ ਫਿਲਮਾਂ ਬੜੀਆਂ ਦੇਖਣੀਆਂ ਅੱਛਾ ਠੀਕ ਹੈ ਉਦੋਂ ਮੈਨੂੰ ਯਾਦ ਹੈ 4 ਰੁਪਏ ਦੀ ਕਿ 3 ਰੁਪਏ ਦੀ ਥਰਡ ਦੀ ਟਿਕਟ ਹੁੰਦੀ ਸੀ ਤੇ ਥਰਡ ਦੀ ਟਿਕਟ ਦੇ ਪੈਸੇ ਇਕੱਠੇ ਕਰਨ ਲਈ ਅਸੀਂ ਮੁਹੱਲਿਆਂ 'ਚ ਸੌਦੇ ਢੋਣੇ ਅੱਛਾ ਕਿਸੇ ਨੂੰ ਕਹਿਣਾ ਸੌਦਾ ਮੰਗਾਉਣਾ ਉਹਨੇ ਮੰਗਾਉਣਾ ਉਹਨੇ 4 ਨੇ 8 ਨੇ ਵਿੱਚੋਂ ਚੱਲ ਰੱਖ ਲਓ ਤੁਸੀਂ ਠੀਕ ਜਿਹੜੇ ਬਚਣੇ ਰੱਖ ਲਓ ਤੁਸੀਂ ਠੀਕ ਤੇ ਕਈਆਂ ਦੇ ਸੌਦੇ ਜ਼ਿਆਦਾ ਹੁੰਦੇ ਸੀ ਉਹ 'ਚ ਸੌਦਾ ਵੀ ਘੱਟ ਲੈ ਆਉਣਾ ਜ਼ਿੰਦਗੀ ਸਿੱਧਾ ਹੀ ਇੱਕੋ ਹੀ ਸੌਦੇ ਟਿਕਟ ਤੇ ਪਏ ਹਾਂ ਸਾਡੀ ਇੱਕ ਤਾਈ ਸੀ ਅੱਲਾ ਜਨ ਨੇ ਸਹੀ ਕਰੇ ਤਾਈ ਨੈਤਾ ਬਾਬੇ ਸਰਦਾਰ ਆ ਸਾਡਾ ਤਾਇਆ ਸੀ ਉਹਨਾਂ ਦੀ ਬੇਗਮ ਉਹਨਾਂ ਨੇ ਮਿਰਚਾਂ ਮੰਗਵਾਈਆਂ ਮੇਰੇ ਕੋਲ ਅੱਛਾ
ਰੁਪਏ ਦੀਆਂ ਮਿਰਚਾਂ ਮੰਗਾਈਆਂ ਮੈਂ ਲੈਣ ਗਿਆ ਅਤੇ ਉਹਨਾਂ ਨੇ ਆਪ ਹੀ ਦੁਕਾਨ ਛੋਟੀ ਜਿਹੀ ਬਣਾਈ ਸੀ। ਅੱਛਾ। ਉਹ ਮੈਂ ਰੁਪਏ ਦੀਆਂ ਮਿਰਚਾਂ ਲੈਣ ਗਿਆ, ਉਹਨੂੰ ਮੈਂ ਕਿਹਾ 12 ਆਨੇ ਦੀਆਂ ਦੇ ਦੇ। ਅੱਛਾ। ਉਹ ਬਾਬੇ ਨੇ 12 ਆਨੇ ਦੀਆਂ ਮਿਰਚਾਂ ਦਿੱਤੀਆਂ, ਚਾਨਣੀ ਮੈਂ ਜੇਬ 'ਚ ਪਾ ਲਈ, ਮੈਂ ਲੈ ਕੇ ਗਿਆ ਸੌਦਾ ਤਾਈ ਕਹਿੰਦੀ, ਉਹਨੇ ਵੇਖਿਆ ਠਹਿਰੀ ਕਿ ਉਹਨੇ ਆਪਣੇ ਕੰਡੇ 'ਤੇ ਤੋਲੀ, ਇੱਥੇ ਬੇ ਮਿਰਚਾਂ ਘੱਟ ਨੇ। ਉਹ ਮੇਰੀ ਬਾਂਹ ਫੜੀ ਤਾਂ ਬਾਬੇ ਕੋਲ ਲੈ ਕੇ ਜਾ ਰਹੀ, ਮੈਂ ਪੁੜੀ ਫੜੀ, ਮੈਂ ਦੌੜ ਲਾ ਤੀ। ਅੱਛਾ। ਪੁੜੀ ਫੜ ਕੇ ਮੈਂ ਵਿੱਚ ਚਵਾਨੀ ਸੁੱਟਤੀ, ਮੈਂ ਕਿਹਾ ਵਿੱਚ ਹੋਣੇ ਪੈਸੇ, ਮੈਨੂੰ ਕੀ ਪਤਾ। ਤੁਸੀਂ ਗੱਲ ਹੈ ਜਿਹਦੀ ਅੱਖਾਂ 'ਚ ਮਿਰਚਾਂ ਧੂੜਤੀਆਂ ਧੂੜਤੀਆਂ, ਉਹ ਸਾਫ਼ ਚੀਆਂ ਮਿਰਚਾਂ ਹੁੰਦੀਆਂ ਸਬੂਤੀਆਂ, ਨਹੀਂ ਉਹ ਮੈਨੂੰ ਗੱਲ ਕਰਕੇ ਧੂੜੀ ਆ। ਗੁੱਡ। ਉਹ ਤਾਈ ਨੇ ਮੈਨੂੰ ਫੜਿਆ, ਫਿਰ ਮੈਂ ਉੱਥੋਂ ਦੌੜ ਲਈ। ਅੱਛਾ। ਠੀਕ ਹੈ। ਯਾਨੀ ਇਹੋ ਜਿਹੇ ਕੰਮ, ਅਤੇ ਪੈਸੇ ਅਸੀਂ ਇਕੱਠੇ ਕਰਨੇ ਫਿਲਮ ਦੇ। ਅੱਛਾ। ਸਾਡੇ ਕੋਲ ਸਿਨੇਮਾ ਸੀ ਸ਼ਾਦਮਾਨ, ਫਿਰ ਨਾਸ ਸਿਨੇਮਾ ਨਜ਼ਦੀਕ, ਮਹਿਲ ਅਤੇ ਰਿਊ, ਇਹ ਚਾਰ ਸਿਨੇਮੇ ਸਾਨੂੰ ਪੈਦਲ ਵਾਕ 'ਤੇ ਪੈਂਦੇ। ਬਿਲਕੁਲ। ਇੱਥੇ ਅਸੀਂ ਜਾਣਾ ਫਿਲਮਾਂ ਵੇਖਣੀਆਂ, ਪਹਿਲਾ ਸ਼ੋਅ ਅਕਸਰ ਉਹ ਵੇਖ ਕੇ ਤਾਂ ਵੱਜ ਜਾਣਾ ਸੀ, ਫੜੇ ਨਹੀਂ ਸੀ ਜਾਂਦੇ। ਜਦੋਂ ਦੂਜਾ ਸ਼ੋਅ ਵੇਖਣਾ ਉਦੋਂ ਫੜੇ ਜਾਂਦੇ ਸੀ ਕਿ ਕਿੱਥੇ ਨੇ ਮੁੰਡਾ ਇਸ ਵੇਲੇ। ਹਾਂ। ਉਦੋਂ ਮਤਲਬ ਨੈੱਟ ਕੇਬਲ ਕੁਝ ਵੀ ਨਹੀਂ ਸੀ ਹੁੰਦਾ, 8 ਵਜੇ ਤੋਂ ਬਾਅਦ 9 ਵਜੇ ਤੋਂ ਬਾਅਦ PTV ਵੀ ਬੰਦ ਹੋ ਜਾਣਾ, ਠੀਕ ਹੈ, ਤਾਂ ਬੱਚੇ ਲੱਭਣ ਲੱਗ ਪੈਂਦੇ ਹੁੰਦੇ ਸੀ ਘਰ ਦੇ ਕਿੱਥੇ ਨੇ, ਅਤੇ ਬੜਾ ਸਕੂਨ। ਸਖਾਵਤ ਅਲੀ, ਸਖਾਵਤ ਨਾਜ਼ ਬਣਨ ਦੇ ਵਿੱਚ ਇਹ ਜਿਹੜਾ ਵਿਚਲਾ, ਵੈਸੇ ਤਾਂ ਦੋ ਲਫ਼ਜ਼ੀ ਹੈ, ਪੈਂਡਾ ਮੁੱਕ ਜਾਂਦਾ ਕਿ ਜੀ ਸਖਾਵਤ ਅਲੀ ਤੋਂ ਸਖਾਵਤ ਨਾਜ਼, ਲੇਕਿਨ ਤੁਸੀਂ ਇਹ ਦੱਸੋ ਕਿ ਇਹਦੇ 'ਚ ਕੀ ਮੁਸ਼ਕਲਾਂ, ਕੀ ਸਟਰਗਲ? ਉਹ ਮੈਨੂੰ ਕੁਐਸਚਨ ਇੱਕ ਹੈ ਅਤੇ ਇਹਦਾ ਆਂਸਰ ਹੁਣ ਤੁਹਾਡੀ ਮਰਜ਼ੀ ਦੇਵੇ ਕਿ ਤੁਸੀਂ ਇਹ ਸਾਨੂੰ ਕਹਾਣੀ ਸੁਣਾਓ। ਹਸਨ ਬਾਈ, ਤੁਹਾਨੂੰ ਸਾਰਾ ਹੀ ਪਤਾ, ਤੁਸੀਂ ਵੀ ਇਸ ਫੀਲਡ 'ਚ ਰਹਿਣ ਵਾਲੇ ਹੋ, ਮਤਲਬ ਮੁਸ਼ਕਲਾਂ ਸਟਰਗਲਾਂ ਫੈਸਲਾਬਾਦ ਦੇ ਵੀ ਤੁਹਾਨੂੰ ਜੀ 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 ਬਿਲਕੁਲ, ਮੈਨੂੰ ਹੀਰੋ ਸੀ ਸਾਡੇ ਕੋਲ ਆਉਣਾ, ਤੇ ਤੁਸੀਂ ਪਿਆਰ ਹੀ ਸਾਡੇ ਨਾਲ ਇੰਜ ਕੀਤਾ ਗਿਆ ਸੀ, ਲੋਕਲ ਹੋਣ ਦੇ ਬਾਵਜੂਦ ਤੁਸੀਂ ਸਾਨੂੰ ਮੁਹੱਬਤ ਕਰਦੇ ਹੁੰਦੇ ਸੀ, ਕੋਲ ਬਿਠਾਉਣਾ ਆਪਣੇ ਪਿਆਰ ਕਰਨਾ, ਤੇ ਤਾਰਕ ਜਵੇਦ ਸਾਹਿਬ ਨਸ਼ੇ ਕਰੇ, ਉਹ ਇੱਕ ਉਹ ਹਸਤੀ ਸਨ ਜਿਹਨਾਂ ਦੇ ਕੋਲ ਬਹਿਣਾ ਮੁਸ਼ਕਿਲ, ਤੇ ਜੇ ਬਹਿ ਕੇ ਉਹਨਾਂ ਦੀ ਮਨਜ਼ੂਰੀ ਨਜ਼ਰ ਹੋ ਗਿਆ ਉੱਠਣਾ ਮੁਸ਼ਕਿਲ, ਫਿਰ ਉੱਠਣਾ ਮੁਸ਼ਕਿਲ ਜੇ ਮਨਜ਼ੂਰੀ ਨਜ਼ਰ ਹੋ ਗਿਆ, ਜਿਹਨੂੰ ਜਿਹਨੂੰ ਉਹਨਾਂ ਨੇ ਫੈਂਟੀ ਲਾਈ ਹੈ, ਜਿਹਨੂੰ ਜਿਹਨੂੰ ਉਹਨਾਂ ਨੇ ਬਿਸਤ ਕੀਤਾ, ਜਿਹਨੂੰ ਜਿਹਨੂੰ ਉਹਨਾਂ ਨੇ ਮਾਰਿਆ ਡਾਂਟਿਆ, ਉਹ ਫਨਕਾਰ ਬਣ ਗਿਆ, ਫਨਕਾਰ ਬਣ ਗਿਆ, ਬੜੀ ਲੰਬੀ ਲਿਸਟ ਔਰ ਤੁਹਾਡੇ ਸਾਹਮਣੇ ਇਸ ਗੱਲ ਦੀ ਮੇਰੇ ਸਾਹਮਣੇ। ਠੀਕ ਹੈ। ਤੇ ਸਾਡੀ ਪਹਿਲੇ ਸਭ ਤੋਂ ਵੱਡੀ ਕਾਮਯਾਬੀ ਇਹੀ ਸੀ ਕਿ ਤੁਹਾਡੇ ਵਰਗੇ ਭਰਾਵਾਂ ਨੇ ਸਾਨੂੰ ਉਹਨਾਂ ਦੇ ਕੋਲ ਬਿਠਾ ਦਿੱਤਾ ਜਿਹੜੇ ਬਣਾ ਬਣਾ ਫਨਕਾਰ ਕੱਢਦੇ ਸਨ, ਤੁਹਾਡੇ ਪਿਆਰ ਨੇ, ਤੁਹਾਡੀ ਚਾਹਤ ਨੇ, ਫਿਰ ਜਦੋਂ ਕੰਮ ਕੀਤਾ ਤੁਸੀਂ ਉਦੋਂ ਵੀ ਰਿਸਪੋਂਸ ਦਿੱਤਾ, ਉਦੋਂ ਸਟਾਰ 'ਤੇ ਰਿਸਪੋਂਸ ਬੰਦੇ ਨੂੰ ਨਾ ਮਿਲੇ ਤਾਂ ਫਿਰ ਉਹਨੇ ਕੀ ਕਰ ਲੈਣਾ, ਕਿੱਡਾ ਵੀ ਵੱਡਾ ਕਿਉਂ ਨਾ ਕਾਰੀਗਰ ਹੋ। ਨਹੀਂ, ਮੈਨੂੰ ਜਦੋਂ ਤੱਕ ਯਾਦ ਹੈ ਸਖਾਵਤ ਸਾਹਿਬ ਕਿ ਤੁਸੀਂ ਮਾਸ਼ਾਅੱਲਾ ਸ਼ੁਰੂ ਤੋਂ ਹੀ ਬੜੇ ਤਿੱਖੇ, ਤੁਸੀਂ ਆਪਣੇ ਮੂੰਹੋਂ ਤਾਂ ਨਹੀਂ ਕਹੋਗੇ, ਇਹ ਹੁਣ ਮੈਨੂੰ ਤੁਹਾਡਾ ਕਹਿਣਾ ਪੈਣਾ ਤੁਹਾਡੀ ਕਿ ਬਹੁਤ ਟੈਲੈਂਟਡ, ਬੜੇ ਤਿੱਖੇ, ਬੜੇ ਤੇਜ਼, ਬਲਕਿ ਤੁਹਾਨੂੰ ਬਲੌਗ ਕਰਨਾ ਬਹੁਤ ਹੀ ਮੁਸ਼ਕਲ ਸੀ, ਜਿਹੜੇ ਉਸ ਵਕਤ ਵੱਡੇ ਵੱਡੇ ਨਾਮ ਸਨ ਆਰਟਿਸਟਾਂ ਦੇ, ਉਹ ਤੁਹਾਡੇ ਸੀਨੀਅਰ, ਜ਼ਾਹਰ ਹੈ ਕਿ ਜਿਹਨਾਂ ਦਾ ਸਦਕਾ ਸਾਰਾ ਕੰਮ ਚੱਲ ਰਿਹਾ। ਬਿਲਕੁਲ। ਲੇਕਿਨ ਉਹਨਾਂ ਨੂੰ ਵੀ ਮੈਂ ਸੁਣਿਆ ਕਿ ਉਹ ਕਹਿੰਦੇ ਯਾਰ ਸਖਾਵਤ ਨੂੰ ਬਲੌਗ ਕਰਨਾ ਨਾ, ਉਸ ਉਦੋਂ ਬਹੁਤ ਮੁਸ਼ਕਲ ਹੈ। ਔਰ ਮੈਨੂੰ ਉਹ ਵੀ ਦਿਨ ਯਾਦ ਹੈ ਜਦੋਂ ਤੁਹਾਡਾ ਡਰਾਮਾ ਜਿਹੜਾ ਇੱਕ ਤੁਸੀਂ ਖਾਜਾ ਸਰਾ ਦਾ ਰੋਲ ਕੀਤਾ, ਜਿਹਦੀ ਸ਼ੇਪ ਵੱਧ ਜਾਂਦੀ ਮਸਤ ਕਲੰਦਰ, ਮਸਤ ਕਲੰਦਰ, ਉਹ ਕੋਈ ਤਾਂ ਬਲੇਡ 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 ਮੰਗਵਾ ਦੇ, ਉਹ ਵੀ ਜ਼ਿੰਦਗੀ ਦਾ ਯਾਦਗਾਰ। ਹਾਂ। ਉਹ ਵੀ ਤਾਰਕ ਜਵੇਦ ਸਾਹਿਬ ਨੇ ਕਰਵਾਇਆ ਜੀ ਜੀ। ਔਰ ਦੇਖੋ ਕੈਸੇ ਨਜ਼ਰ ਵਾਲੇ ਬੰਦੇ ਸਨ, ਉਹਨਾਂ ਨੇ ਰਹਿਸਲਾਂ ਦੇ ਦੌਰਾਨ ਹੀ ਕਹਿ ਦਿੱਤਾ ਸੀ ਕਿ ਇਸ ਡਰਾਮੇ 'ਚ ਹੋਇਆ ਇੰਨੇ ਹਿੱਟ ਹੋਣੇ, ਇਹ ਸਖਾਵਤ ਦਾ ਡਰਾਮਾ, ਉਹਨੂੰ ਕਿਹਾ ਰੋਕ ਲਓ ਜਿਹੜਾ ਰੋਕ। ਬਿਲਕੁਲ ਸਹੀ, ਐਸਾ ਉਹਨਾਂ ਨੇ, ਕਿਉਂਕਿ ਉਹ ਰਹਿਸਲ ਦੇ ਦੌਰਾਨ ਹੀ ਅਸੀਂ ਅਸੀਂ ਆਮਦ ਹੋ ਰਹੀ ਸੀ, ਐਸਾ ਤਾਰਕ ਸਾਹਿਬ ਨੇ ਨਜ਼ਰ ਜੋ ਦਿੱਤੀ ਮੈਨੂੰ ਕੱਢ ਕੇ, ਕਹਿ ਲੈ ਯਾਰ ਤੂੰ ਕਿਆ ਬਾਤ। ਔਰ ਮੈਂ ਸਮਝ ਲਵਾਂ ਕਿ ਤੁਹਾਡੀ ਇਸ ਕੁਆਲਿਟੀ ਦੀ ਵਜ੍ਹਾ ਕਰਕੇ ਨਾ ਤੁਹਾਨੂੰ ਕੋਈ ਜਗ੍ਹਾ ਬਣਾਉਣ ਲੱਗਿਆ ਕੋਈ ਸਟਰਗਲ ਨਹੀਂ ਕਰਨੀ ਪਈ। ਹਾਂ, ਕੁਝ ਇਹ ਵੀ ਕਿ ਇੱਕ ਭਾਜੀ ਜਿਹੜਾ ਮੈਨੂੰ ਆਪਣੇ ਆਪ 'ਚ ਨਜ਼ਰ ਆਇਆ ਨਾ, ਉਹ ਇਹ ਵੀ ਕਿ ਮੈਂ ਕੋਸ਼ਿਸ਼ ਕੀਤੀ ਕਿ ਮੈਂ ਕਿਸੇ ਨੂੰ ਚੰਗਾ ਭਾਵੇਂ ਨਾ ਲੱਗਾ, ਲੇਕਿਨ ਇਹ ਵੀ ਕਿਸੇ ਨੂੰ ਬੁਰਾ ਨਾ ਲੱਗਾ, ਬੁਰਾ ਨਾ ਲੱਗਾ, ਇਹ ਇਸ ਮੈਂ ਕਾਮਯਾਬ ਇਸ ਗੱਲ 'ਚ ਆਪਣੇ ਵੱਲੋਂ ਮੈਂ ਆਪ ਕਾਮਯਾਬ ਰਿਹਾ, ਕਿਉਂਕਿ ਮੇਰਾ ਕੋਈ ਵੀ ਵੱਡਾ ਕੋਈ ਵੀ ਸੀਨੀਅਰ ਮੇਰੇ ਕੋਲੋਂ ਤੰਗ ਨਹੀਂ ਹੋਇਆ, ਕੋਈ ਆਵਾਜ਼ਾਰ ਨਹੀਂ ਹੋਇਆ, ਬਿਲਕੁਲ ਕਿਸੇ ਨੇ ਮੈਨੂੰ ਇਹ ਨਹੀਂ ਕਿਹਾ ਹੋਇਆ ਚੱਲ ਹੋਏ ਇੱਧਰ ਨੂੰ ਨਹੀਂ ਆਉਣਾ ਤੂੰ। ਠੀਕ ਹੈ, ਇਹ ਮੇਰਾ ਖਿਆਲ ਮੇਰੀ ਜ਼ਿਆਦਾ ਕਾਮਯਾਬੀ ਰਹੀ। ਉਹਦੇ ਵਿੱਚ ਤੁਹਾਡਾ ਬਿਹੇਵ ਬੜਾ ਸੀ, ਤੁਸੀਂ ਬਾਅਦ ਔਰ ਹੁਣ ਵੀ, ਬਲਕਿ ਉਦੋਂ ਵੀ ਔਰ ਹੁਣ ਵੀ ਮੈਂ ਦੇਖਦਾ ਵਾਂ ਕਿ ਬਹੁਤ ਬਾਤ ਬੋਲਾ ਪਾਕ ਤੁਹਾਨੂੰ ਜ਼ਿੰਦਗੀ ਦੇਵੇ, ਐਵੇਂ ਉਹ ਮੂੰਹ 'ਤੇ ਬੈਠੇ ਇੰਝ ਲੱਗਦਾ ਕਿ ਮੈਂ ਸ਼ਾਇਦ ਪ੍ਰੋਗਰਾਮ ਵਾਸਤੇ ਤਾਰੀਫ ਕਰ ਰਿਹਾ, ਲੇਕਿਨ ਓਨੈਸਟਲੀ ਤੁਸੀਂ ਅੱਲਾਹ ਪਾਕ ਨੇ ਤੁਹਾਨੂੰ ਭਾਗ ਲਾਏ ਨੇ ਔਰ ਬਿਲਕੁਲ ਬਿਹਤਰੀਨ ਭਾਗ ਲੱਗੇ ਨੇ, ਔਰ ਉਹਦੇ ਵਿੱਚ ਤੁਹਾਡੇ ਅਦਬ ਦਾ ਬੜਾ
ਤਾਲੁਕ ਵਾਸਤੇ ਮਾਂ ਬਾਪ ਦੀਆਂ ਦੁਆਵਾਂ। ਅੱਛਾ ਇਹ ਚਲੋ ਫੈਸਲਾਬਾਦ ਦੇ ਵਿੱਚ ਤਾਂ ਉਹ ਤਾਂ ਮੇਰੇ ਸਮਝ ਕੇ ਦਿਨਾਂ ਦੇ ਵਿੱਚ ਹੀ ਇੱਕ ਨਾਮ ਮੁਕਾਮ ਅੱਲਾ ਪਾਕ ਨੇ ਪੈਦਾ ਕੀਤਾ ਤੁਹਾਡਾ, ਔਰ ਬਿਲਕੁਲ ਉਦੋਂ ਫੈਸਲਾਬਾਦ ਇੱਕ ਵੱਡਾ ਸਟੇਸ਼ਨ ਗਿਣਿਆ ਜਾਂਦਾ ਸੀ, ਬਲਕਿ ਇਹ ਕਿਹਾ ਜਾਂਦਾ ਸੀ ਕਿ ਇੱਥੋਂ ਆਰਟਿਸਟਾਂ ਨੂੰ ਸਟੈਂਪ ਮੋਹਰ ਲੱਗੀ, ਔਰ ਉੱਥੋਂ ਜਿਹਨੂੰ ਜਿਹਨੂੰ ਵਾਕਈ ਮੋਹਰ ਲੱਗੀ ਉਹਨੇ ਫਿਰ ਦੁਨੀਆਂ ਦੇ ਉੱਤੇ ਜਾ ਕੇ ਇਸ ਮੁਲਕ ਦਾ ਨਾਮ ਰੋਸ਼ਨ ਕੀਤਾ। ਅੱਛਾ ਉਸ ਤੋਂ ਬਾਅਦ ਫਿਰ ਹੁੰਦਾ ਸੀ ਕਿ ਲੇਕਿਨ ਫੈਸਲਾਬਾਦ 'ਤੇ ਨਾਮ ਹੋ ਗਿਆ ਸਰ, ਅਗਲਾ ਮਰਹਲਾ ਹੁੰਦਾ ਸੀ ਕਿ ਇਹ ਲਾਹੌਰ ਜਿਹੜਾ ਵੱਡਾ ਹੈ, ਇੱਕ ਹੁਣ ਇਹ ਸਮਝ ਲਵੋ ਕਿ ਇਹ ਸ਼ਹਿਰ ਸੀ ਜਿਹੜੀ ਜਿੱਥੇ ਹੁਣ ਆ ਕੇ ਉਹ ਜਿਹੜੇ ਉਹ ਸਟੈਂਪਾਂ ਲੱਗੀਆਂ ਨੇ ਉਹ ਡਿਗਰੀਆਂ ਲਈਆਂ, ਹੁਣ ਇੱਥੋਂ ਆ ਕੇ ਕਲੀਅਰ ਕਰਵਾਉਣਾ, ਕਿਉਂਕਿ ਇਸ ਤੋਂ ਬਾਅਦ ਫਿਰ ਅੱਗੋਂ ਪੂਰੀ ਦੁਨੀਆਂ ਦੇ ਉੱਤੇ ਸ਼ਨਾਖਤ ਲਾਹੌਰ ਤੋਂ। ਫੈਸਲਾਬਾਦ ਤੋਂ ਲਾਹੌਰ ਆ ਕੇ ਇੱਥੇ ਆਪਣਾ ਇੱਕ ਮੁਕਾਮ ਬਣਾਉਣਾ, ਉਹਦੀ ਕੋਈ ਸਟਰਗਲ ਕੋਈ ਵਾਕਿਆ? ਉਹਦੀ ਵੀ ਸਟਰਗਲ ਭਾਅ ਜੀ ਇਸੇ ਤਰ੍ਹਾਂ ਹੀ ਕਿ ਫੈਸਲਾਬਾਦ ਮਾਸ਼ਾਅੱਲਾ ਜਿੰਨਾ ਕੰਮ ਮੈਂ ਕੀਤਾ, ਅੱਲਾ ਨੇ ਕਰਮ ਕੀਤਾ, ਉਹ 'ਚ ਪਹਿਚਾਣ ਇੰਨੀ ਬਣੀ ਕਿ ਫੈਸਲਾਬਾਦ ਵਾਸਤੇ ਕਿਧਰੇ ਵੀ ਬੈਠਿਆਂ ਟੀਮ ਬਣਦੀ ਸੀ ਨਾ ਜੀ ਜੀ, ਤੂੰ ਕਹਿੰਦੇ ਫੈਸਲਾਬਾਦ ਤੋਂ ਕਿਹਦਾ ਸਖਾਵਤ ਨਾਦ ਲਿਖ ਲਓ। ਬਿਲਕੁਲ ਸਹੀ। ਆਲਮ ਚੰਨਾ ਸਾਹਿਬ ਅੱਲਾ ਜਿੰਨਾ ਨੇ ਸਹੀ ਕਰੇ, ਉਹ ਡਰਾਮਾ ਕਰਨ ਆਏ ਸਿੰਧ ਤੋਂ, ਹਾਲੇ ਕਰਾਚੀ ਦੇ ਲੋਕ ਇੱਥੇ ਹੋ ਸਕਦਾ ਐਡੇ ਸਾਨੂੰ ਨਾ ਉੱਥੇ ਜਾਣਦੇ ਹੋ, ਲੇਕਿਨ ਉਹਨਾਂ ਨੇ ਕਿਹਾ ਜੀ ਇਹ ਫੈਸਲਾਬਾਦ ਡਰਾਮਾ ਕਰਨਾ, ਉੱਥੋਂ ਮੁੰਡਾ ਕਿਹੜਾ ਪਾਉਣਾ, ਉਹਨੇ ਕਿਹਾ ਜੀ ਉਹ ਸਖਾਵਤ ਨਾਲ ਮੇਰਾ ਨਾਮ ਉੱਥੋਂ ਲਿਖ ਕੇ ਆਲਮ ਚੰਨਾ ਸਾਹਿਬ। ਆਲਮ ਚੰਨਾ ਸਾਹਿਬ ਜਿਹੜੇ ਹਾਈਟ ਇੱਕ ਵਰਲਡ ਰਿਕਾਰਡ ਸੀ ਉਹਨਾਂ ਦਾ, ਸਾਡੇ ਪਾਕਿਸਤਾਨ ਔਰ ਅੱਜ ਵੀ ਤਾਰੀਖ 'ਚ ਉਹਨਾਂ ਦਾ ਨਾਮ ਜ਼ਿੰਦਾ। ਉਹ ਜਿਹੜੇ ਉਹ ਜਦੋਂ ਆਏ ਨੇ ਮੈਨੂੰ ਮਿਲਣ, ਬਕਾਇਦਾ ਮੈਨੂੰ ਕਹਿੰਦੇ ਜੀ ਬੁਲਾਓ ਉਹਨੂੰ ਉਹਦੇ ਘਰ ਚੱਲੀਏ, ਮੈਨੂੰ ਕਹਿੰਦੇ ਉੱਥੇ ਆ ਜਾ, ਮੈਂ ਕਿਹਾ ਭਾਈ ਇੱਥੇ ਹੀ ਆਉਣਾ ਘਰ ਨਾਲ, ਮੁੜ ਕੇ ਮੈਂ ਕੰਧ ਢਾ ਕੇ ਤੁਹਾਨੂੰ ਅੰਦਰ ਲੰਘਾਵਾਂ। ਮੈਂ ਮਿਲਿਆ ਫਿਰ ਸਟੇਡੀਅਮ ਜਾ ਕੇ ਉਹਨਾਂ ਨੂੰ, ਯਾਨੀ ਇਹ ਵੇਖ ਕੇ ਫੈਸਲਾਬਾਦ ਮਾਸ਼ਾਅੱਲਾ ਇੰਨੀ ਪਹਿਚਾਣ ਹੋ ਗਈ ਸੀ ਕਿ ਉੱਥੇ ਵਾਸਤੇ ਕੋਈ ਵੀ ਟੀਮ ਬਣਦੀ ਸੀ ਤਾਂ ਨਾਂ ਵਿੱਚ ਲਿਖਿਆ ਜਾਂਦਾ ਸੀ। ਅੱਛਾ ਇੱਕ ਤਾਂ ਹੁੰਦੀ ਹੈ ਪਹਿਚਾਣ, ਪਤਾ ਲੱਗ ਜਾਂਦਾ ਕਿ ਵੀ ਆਰਟਿਸਟ ਦੀ ਪਹਿਚਾਣ ਹੋ ਗਈ, ਔਰ ਲੇਕਿਨ ਫਿਰ ਜਿਸ ਵੇਲੇ ਕਮਰਸ਼ਲ ਤੁਸੀਂ ਫੀਲਡ 'ਚ ਆਉਂਦੇ ਹੋ ਉਸ ਵੇਲੇ ਫਿਰ ਹੁੰਦਾ ਕਿ ਉਹਦੇ 'ਚ ਸੇਲ ਵੈਲਿਊ ਕਮਰਸ਼ਲਿਜ਼ਮ। ਤੁਸੀਂ ਕਿਹੜਾ ਡਰਾਮਾ ਜਿਹਨੂੰ ਕਹਿੰਦੇ ਕਿ ਵੀ ਇਹ ਸੋਲੋ ਹੋ ਕੇ, ਜਿਸ ਤਰ੍ਹਾਂ ਸੁਲਤਾਨ ਰਾਈ ਸਾਹਿਬ ਮਿਸਾਲ ਦੇ ਤੌਰ 'ਤੇ, ਅਮਾਨੁੱਲਾ ਸਾਹਿਬ, ਬੱਬੂ ਬਰਾਲ ਸਾਹਿਬ, ਸੁਹੇਲ ਅਹਿਮਦ ਸਾਹਿਬ, ਵਿੱਕੀ ਸਾਹਿਬ, ਇਸ ਲਈ ਨਾਸਰ ਚਨੋਟੀ ਸਾਹਿਬ, ਬੜੇ ਨਾਮ। ਇਸ ਤਰ੍ਹਾਂ ਫਿਰ ਇੱਕ ਉਹ ਸਟਰਗਲ ਸ਼ੁਰੂ ਹੋ ਜਾਂਦੀ, ਕਿਉਂਕਿ ਮਰਦੇ ਦਮ ਤੱਕ ਇਸ ਕੰਮ ਦੇ ਵਿੱਚ ਸਟਰਗਲ ਨਹੀਂ, ਬਿਲਕੁਲ ਠੀਕ ਹੈ ਨਾ, ਰੋਜ਼ ਇਹ ਨਵਾਂ ਕੰਮ ਹੈ। ਉਹ ਜਿਸ ਵੇਲੇ ਸ਼ਨਾਖਤ ਹੋ ਗਈ, ਨਾਮ ਵੀ ਬਣ ਗਿਆ, ਹੁਣ ਦੌੜ ਆ ਗਈ ਨੰਬਰਿੰਗ ਦੀ, ਨੰਬਰ 1, ਉਹਦੇ ਵਾਸਤੇ ਹੁਣ ਕਿਸ ਤਰ੍ਹਾਂ, ਉਹਦੇ ਵਿੱਚ ਕੋਈ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਜਾਂ ਸਟਰਗਲ ਕਰਨੀ ਪਈ ਹੋਵੇ, ਜਾਂ ਇਸੇ ਤਰ੍ਹਾਂ ਹੀ ਲੱਕ ਲੱਗੀ ਤੇ ਤੁਸੀਂ ਉਹ ਸੁਪਰ ਸਟਾਰਸ ਦੀ? ਹਸਨ ਭਾਈ ਮੈਂ ਤੁਹਾਨੂੰ ਅੱਗੇ ਵੀ ਅਰਜ਼ ਕੀਤੀ ਕਿ ਜ਼ਿਹਨ 'ਚ ਨਹੀਂ ਸੀ ਇੰਨਾ ਕਰ ਲਾਂਗੇ, ਅਤੇ ਨੰਬਰ 1 ਦੀ ਲੜਾਈ ਮੈਂ ਕਦੀ ਕੀਤੀ ਨਹੀਂ, ਕਦੀ ਨਹੀਂ ਹੋਇਆ, ਸਿਰਫ ਇਹ ਜ਼ਰੂਰ ਮਿਹਨਤ ਕੀਤੀ ਕਿ ਇਹਨੇ ਲਾਫਟਰ ਲਿਆ ਮੈਂ ਵੀ ਲਾਵਾਂ, ਇਹ ਜ਼ਰੂਰ ਰੱਖਿਆ, ਠੀਕ ਹੈ, ਇਹ ਨਹੀਂ ਸੋਚਿਆ ਕਿ ਮੈਂ ਇਹਨਾਂ ਸਾਰਿਆਂ ਤੋਂ ਅੱਗੇ ਹੋਵਾਂ ਅਤੇ ਮੈਂ ਹੀ ਨਜ਼ਰ ਆਵਾਂ ਅਤੇ ਮੇਰਾ ਹੀ ਹੋਵੇ, ਨੰਬਰ 1 ਦੀ ਦੌੜ 'ਚ ਮੈਂ ਹੈ ਹੀ ਨਹੀਂ, ਨਾ ਮੈਂ ਰਿਹਾ ਹੀ ਹਾਂ, ਹੁਣ ਤੱਕ ਵੀ ਉਹ ਖਾਹਿਸ਼। ਹਾਂਜੀ, ਵੈਸੇ ਵੀ ਮੋਸਟਲੀ ਫਨਕਾਰ ਇਸ ਦੌੜ 'ਚ ਨਹੀਂ, ਲੇਕਿਨ ਚੂੰਕਿ ਸੁਪਰਸਟਾਰ ਪਬਲਿਕ ਬਣਾਉਂਦੀ, ਹਾਂ ਮਤਲਬ ਉਹ ਪਹਿਚਾਣ। ਪਬਲਿਕ ਨੇ ਜਿਹੜਾ ਅਨਾਊਂਸ ਕੀਤਾ, ਕਿਹੜਾ ਡਰਾਮਾ ਸੀ ਕਿ ਜਦੋਂ ਸਮਝਦੇ ਹੋ ਕਿ ਵੀ ਉੱਥੋਂ ਆ ਕੇ ਤੁਸੀਂ ਸੁਪਰ ਸਟਾਰਸ ਦੀ ਲਾਈਨ ਦੇ 'ਚ ਆਏ? ਡਰਾਮਾ ਜਿਹੜਾ ਫੈਸਲਾਬਾਦ ਗਿਣਿਆ ਜਾਏਗਾ ਜਿਹਦਾ ਤੁਸੀਂ ਜ਼ਿਕਰ ਕੀਤਾ, ਉਹ ਸੀ ਕਲੰਦਰ। ਮੇਰਾ ਖਿਆਲ ਹੈ ਜਿਹੜਾ ਮੈਂ ਖਾਜਾ ਸਰਾ ਦਾ ਰੋਲ ਕੀਤਾ, ਜਾਂ ਮੇਰੇ ਕੋਲ ਹੋ ਗਿਆ, ਜਾਂ ਤਾਰਕ ਸਾਹਿਬ ਨੇ ਕਰਵਾਇਆ, ਸਭ ਹੀ ਫਨਕਾਰਾਂ ਦੇ ਨਾਲ ਤਾਵਨ ਸੀ, ਉਹੀ ਖਾਜਾ ਸਰਾ, ਫਿਰ ਉਹਡਾ ਕੌਮੇਡੀ ਖਾਜਾ ਸਰਾ ਕਦੀ ਕਿਸੇ ਨੇ ਨਹੀਂ ਸੀ ਕੀਤਾ, ਨਹੀਂ ਸੀਗੇ, ਠੀਕ ਹੈ। ਉਸ ਤੋਂ ਬਾਅਦ ਜਦੋਂ ਮੈਂ ਆਇਆ ਲਾਹੌਰ 'ਚ, ਇੱਥੇ ਆ ਕੇ ਫਿਰ ਜ਼ੀਰੋ ਤੋਂ ਕੰਮ ਸਟਾਰਟ ਕੀਤਾ, ਓਪਨ ਏਅਰ ਡਰਾਮਾ ਕੀਤਾ ਪਹਿਲਾਂ, ਦੂਸਰਾ ਕਜ਼ਾਫੀ ਸਟੇਡੀਅਮ ਹਾਲ ਨੰਬਰ 2 'ਚ ਕੀਤਾ, ਠੀਕ ਹੈ, ਤੀਸਰਾ ਡਰਾਮਾ ਮੈਨੂੰ ਤਮਾਸ਼ੀਲ ਭਾਈ ਸਰਦਾਰ ਸਾਹਿਬ ਅਤੇ ਅਫਜ਼ਾਲ ਅਹਿਮਦ ਸਾਹਿਬ ਉੱਥੇ ਲੈ ਗਏ, ਉੱਥੇ ਕੀਤਾ ਜੀ ਕੁਰਬ ਅਤੇ ਜੀ ਫਾਸਲੇ। ਮੈਂ ਚਾਹੁੰਦਾ ਉਹ ਵੀ ਬੜਾ ਮੈਂ ਸਮਝਣਾ ਆਪਣੇ ਆਪ 'ਚ ਕਿ ਉਹ ਵੀ ਬੜਾ ਮੇਰੀ ਪਹਿਚਾਣ ਵਾਲਾ ਡਰਾਮਾ ਸੀ, ਇੱਕ ਫੈਮਿਲੀ ਡਰਾਮਾ ਜਿਹਦੇ ਵਿੱਚ ਮੈਨੂੰ ਫੈਮਿਲੀ ਆਰਟਿਸਟ ਕੰਸੀਡਰ ਕੀਤਾ ਗਿਆ ਕਿ ਸਾਫ਼ ਸੁਥਰਾ ਕੰਮ ਕਰਨ ਵਾਲੇ, ਸਿਰਫ ਕਰਨ ਵਾਲੇ ਨਹੀਂ ਸੀ, ਕਰਵਾਉਣ ਵਾਲੇ ਸਨ ਜਿਹੜੇ, ਜਿਹਨਾਂ ਨੇ ਕਰਵਾ ਲਿਆ ਸਾਡੇ, ਠੀਕ ਹੈ ਜੀ। ਉਸ ਤੋਂ ਬਾਅਦ ਸੁਹੇਲ ਅਹਿਮਦ ਸਾਹਿਬ ਦੇ ਨਾਲ ਜਦੋਂ ਮੈਂ ਜੁੜਿਆ, ਮੇਰਾ ਖਿਆਲ ਹੈ ਕਿ ਮੈਨੂੰ ਜ਼ਿਆਦਾ ਜਿਹੜੀ ਪਹਿਚਾਣ ਇੱਜ਼ਤ ਉਸ ਤੋਂ ਸੁਹੇਲ ਅਹਿਮਦ ਸਾਹਿਬ ਦੇ ਨਾਲ ਮਿਲੀ, ਉਹ ਮੇਰੀ ਪਹਿਚਾਣ ਬਣਾ ਗਈ ਸਭ ਤੋਂ ਜ਼ਿਆਦਾ। ਉਹਨਾਂ ਵਿੱਚ ਇੱਕ ਤੇਰਾ ਸਨਮ ਖਾਨਾ ਮੇਰੀ ਮਰਜ਼ੀ ਦਾ ਪਸੰਦੀਦਾ ਡਰਾਮਾ, ਠੀਕ ਹੈ, ਕਾਲੀ ਚਾਦਰ, ਹਾਰਡ ਪਾਟ, ਫਿਰ ਜਬ ਦਾਗ ਨਜ਼ਰ ਆਇਆ, ਫਿਰ ਅਫੀਕਾ ਐਂਡ ਅਮਰੀਕਾ, ਔਰ ਕਾਫ਼ੀ ਮਾਸ਼ਾਅੱਲਾ ਜਿਹੜੇ ਮੈਂ ਆਪਣੇ ਰਿਕਾਰਡਸ ਵੀ ਡਰਾਮੇ ਰੱਖੇ, ਉਹ ਸਾਰੇ ਸੁਹੇਲ ਅਹਿਮਦ ਸਾਹਿਬ ਦੇ ਨਾਲ, ਕਿਉਂਕਿ ਅਫਜ਼ਾਲ ਅਹਿਮਦ ਸਾਹਿਬ ਨੇ ਜਿਹੜਾ ਡਰਾਮਾ 2-2 ਸਾਲ ਅਸੀਂ ਕੀਤਾ, ਉਹਨਾਂ ਦੀ ਵੀਡੀਓ ਨਹੀਂ ਸੀ ਬਣਦੀ, ਉਹ ਬਣਾਉਂਦਾ ਹੀ ਨਹੀਂ ਸੀ ਵੀਡੀਓ, ਉਹ ਕਹਿੰਦੇ ਸੀ ਸਾਡੀ ਇੱਕ ਪ੍ਰੋਪਰਟੀ,
अगर वीडियो बना के घर भेजती तो फिर किन्ने वेखना, और उन्होंने गल मेरे हिसाब न अज तक हूँ पता लग रहा कि वो सही कह रहे सर। ठीक है जी, उस तो बाद फिर लगातार ड्रामे मतलब 91 तो लैके जो स्टार्ट किया, उस तो बाद फिर कोई रात ऐसी है जी स्टेज पर नहीं गुजरी, नहीं गुजरी। और ये मालिक का करम है, शुक्र अलहमदुल्ला। रोजिया जी भी फिर आप छड़िया कि नहीं यार आराम कर लो, पूरा साल काम ही करीदा। बिल्कुल सही, मुहर्मा जी वैसे ही स्टार्ट तो नहीं करते होंगे। ठीक है, तो बाकी अल्लाह का यह करम है। तो हूँ याद नहीं किन्ने की ड्रामे किए हैं। बिल्कुल सही, हो एक रूटीन होंगी होंगी होंगी। अच्छा फिर तुहाडा ना तुसीं फील्ड दे विच एक मजाक दे तौर दे उत्ते करदे हुंदे सी, जिस तरह अपने गोगा जी ने कॉमेडी गाने, कॉमेडी गाने उन्हां दी खाण पीन ते जिहड़ी छेड़ बनाई सी, उह भी काफ़ी लोगों ने फिर यूज भी कीता, अप्रीशिएट भी कीता, उहनूं इस्तेमाल भी कीता। बल्कि एक गाना ते तुहाडा उह जिहड़ा गोगे दे उत्ते तुसीं गोगे दे बनाया जरदे डिस्को, और वह गाना ते इस कदर फिर पॉपुलर होया माशाअल्लाह, वह भी बड़े पहचान, हाँ जबाने जदे आम हो गए। अच्छा वो वेखो तुसीं मालक दा जदों देण होवे ना उदों इंज ही हुंदा कि 2.5 घंटे का ड्रामा तो 1.5-2 मिनट की एंड मेरी आइटम है बस, वो 2.5-3 घंटे के ड्रामे जो 2 मिनट की आइटम ही मालक ने इंज करती गया अलग ही आ जाए ऐसा जो देन से आ। फिर तुहाडा ना तुसीं फील्ड दे विच एक मजाक दे तौर दे उत्ते करदे हुंदे सी, जिस तरह अपने गोगा जी ने कॉमेडी गाने, कॉमेडी गाने उन्हां दी खाण पीन ते जिहड़ी छेड़ बनाई सी, वो भी काफ़ी लोगों ने फिर यूज भी किया, अप्रीशिएट भी किया, उन्हें इस्तेमाल भी किया। बल्कि एक गाना ते तुहाडा वो जिहड़ा गोगे दे उत्ते तुसीं गोगे दे बनाया जरदे डिस्को, और वो गाना ते इस कदर फिर पॉपुलर होया माशाअल्लाह, वो भी बड़े पहचान, हाँ जबाने जदे आम हो गए। अच्छा वो वेखो तुसीं मालक दा जदों देण होवे ना उदों इंज ही हुंदा कि 2.5 घंटे का ड्रामा तो 1.5-2 मिनट की एंड मेरी आइटम है बस, वो 2.5-3 घंटे के ड्रामे जो 2 मिनट की आइटम ही मालक ने इंज करती गया अलग ही आ जाए ऐसा जो देन से आ गए। अच्छा जरा थोड़ा जहा ताज़ा सानू कर दोगे, वैसे तो कन्ना च मेरे हूँ भी सुनाई दे रहा रचे है तो, लेकिन जरा तो काफ़ी लोगों को याद है माशाल्लाह स्कूल से बच्चे जी कर दे। अच्छा भाजी कोई करम होया मेरे ते काफ़ी साढ़े सारे फनकार भरा मेरे नाल चंगे चंगे ने, लेकिन मालक ने वो शरफ दिता कि कोई ना कोई ऐसी नवी गल करवा देंदा साढ़े को, रिंग टूना बनिया ने। वाह, मतलब मैं इथरे मार्केट चो मैं लंघना तो एक दुकान वाले ने लाता, मैं जड़ा काम करना मैनू घाटा पै जाता, वो पूरी गर्दान फीका एंड अमरीका दी वो लग गया, अगे गया अगे भी वही लगी गया नहीं फोन ते लोगों ने रिंग टूना बनाया सर, वो आ गया। फिर उस तो बाद वो देता मालक ने को पुठियां गल्लां वाली गर्दान बन गई सर, वो मैं लम्मा हो गया। ठीक है, उस तो बाद फिर वो एक लंगड़े ते पीरियड लग गया, वो भी गर्दान बन गई पूरी वध गई, वो इस तरह नहीं देखने वाले समझ लगनी कि गर्दान बन गई। ਉਹ ਹੈਗਾ ਕਿ ਮੈਂ ਲੈਦਾ ਕਿਤੇ ਕਰਾਂਗੇ, ਨਹੀਂ ਨਹੀਂ ਉਹ ਮੇਰਾ ਕੁਐਸਚਨ ਹੈਗਾ ਸੀ ਕਿ ਵੀ ਉਹ ਤੁਸੀਂ ਉਹੀ ਪੁੱਠੇ ਲਫ਼ਜ਼ ਜਿਸ ਤਰ੍ਹਾਂ, ਠੀਕ ਹੈ, ਔਰ ਮੈਂ ਚਾਹ ਰਿਹਾ ਵਾ ਠੀਕ ਹੈ ਤੁਸੀਂ ਅੱਗੇ ਅਸੀਂ ਕਰਾਂਗੇ, ਸਿਰਫ ਥੋੜ੍ਹਾ ਥੋੜ੍ਹਾ ਰੰਗ ਸਮਝਣ ਵਾਸਤੇ ਨਾ, ਉਸ ਦਾ ਥੋੜ੍ਹਾ ਥੋੜ੍ਹਾ ਜ਼ਰਦੇ ਡਿਸਕੋ ਦਾ ਔਰ ਉਸ ਗਰਦਾਨ ਦਾ ਵੀ ਥੋੜ੍ਹਾ ਥੋੜ੍ਹਾ ਰੰਗ ਜ਼ਰਾ ਚਖਾ ਦਿਓ ਕਿ ਕੀ ਗੱਲਾਂ ਸਨ ਜਿਹੜੀਆਂ ਬੈਲਟ ਉਹਨਾਂ ਬਣੀਆਂ। ਇਹ ਵਲੀਮਾ ਪੱਕੀ ਵੋ ਕੜੀ कर गई कैसी जादूगरी, ये वलीमा पकी वो कड़ी कर गई कैसी जादूगरी, प्लेट मेरी तूने छीन ली है अभी चांपे तो वैसे ही पड़ी, ये वलीमा पकी वो कड़ी कर गई कैसी जादूगरी, प्लेट मेरी तूने छीन ली है अभी चांपे तो वैसे ही पड़ी, मैं भूखा हूँ परदेसी हूँ बोलो समझाऊँ मैं अब ये किस किस को, दिल में मेरे है जर्द डिस्को जर्द डिस्को जर्द डिस्को दर्द डिस्को को जर्द डिस्को किया गया। ठीक है, अच्छा ठीक है। सर्दी फुल थी हलवा पूरियों का मौसम था, गुडलक मेरी वो दुल्हा मेरा कजन भी था, सर्दी फुल थी हलवा पूरियों का मौसम था, गुडलक मेरी वो दुल्हा मेरा कजन भी था, याद है मुझे वो फनकारों की दावत थी जहाँ पे मैंने बेचरगा काफी रगड़ा था, वहाँ फिरनी भी थी वहाँ रहता भी था वहाँ फिरनी थी और रहता था, मैं सोच रहा था कहूं किस किस को, दिल में मेरे है दर्द डिस्को दर्द डिस्को दर्द डिस्को, दिल में मेरे है दर्द डिस्को दर्द डिस्को दर्द पाया, तेरी मेहरबानी बच्चे का हिस्सा ना खा,
अपनी कोई चीज मंगा के खा, हट हथ ना ला पाया तेरी मेहरबानी, बच्चियां दा हिस्सा ना खा, अपनी कोई चीज मंगा के खाओ। गाजर का हलवा था साथ में रस मिलाई थी, नालो नाने सब्ज चावी बनाई थी। गाजर का हलवा था साथ में रस मिलाई थी, नालो नाने सब्ज चावी बनाई थी। ये निक चा मैं कप दे विच भी पाई थी, गर्म बड़ी से पता नहीं ताजी उना बनाई थी। जद कोट में भरिया है शावा मेरा तालू सड़िया है शावा, जद कोट में भरिया तालू सड़िया, मैं क्या दफा कराओ डोल दो इसको, दिल में मेरे जर्द डिस्को जर्द डिस्को जर्द डिस्को। वाह जी वाह, बहुत अच्छे। अच्छा तुसी ते मैं इको जिहड़ा सीन असी कीते, मैं तो अज तक उहदा स्वाद नहीं भुलदा, और तुहाडा आइटम बड़ा हिट होया, उही नावां दा पुठिया लैणा जी जी, उस एवं थोड़ा शुरू करके ते एवं मैं तुहानूं क्यों दिंदा वा जी जी जी। मेरा दोस्त है भाजी पिछे अपना की नाम उहदा, ढोला भोल वाला। ढोला भोल वाला? हाँ जी। ओ भोला ढोल वाला यार, हाँ उही उही श्यामा व्याधियां दे वजाउंदा। ओ ਵਿਆਹਾਂ ਸ਼ਾਦੀਆਂ ਤੇ ਜਿਹੜਾ ਵਜਾਉਂਦਾ, ਹਾਂ ਹਾਂ, ਜਦੋਂ ਬਗਨਾ ਦਾ ਛੇਲਾ ਨਹੀਂ ਹੁੰਦਾ। ਉਹ ਬਗਨਾ ਦਾ ਛੇਲਾ ਨਹੀਂ ਭਰਾ, ਸ਼ਗਨਾ ਦਾ ਵੇਲਾ ਜਦੋਂ ਹੁੰਦਾ, ਹਾਂ, ਜਦੋਂ ਬਾਹਰ ਚੇਲੀ ਇਕੱਠੇ ਹੋਏ ਹੁੰਦੇ ਯਾਰ, ਬੇਲੀ ਜਦੋਂ ਇਕੱਠੇ ਹੋਏ ਹੁੰਦੇ, ਹਾਂ, ਜਦੋਂ ਭੈਣਾਂ ਗਾਣੇ ਨਹੀਂ ਗਾਉਂਦੀਆਂ, ਘੋੜਾ ਮੇਰੇ ਵੀਰ ਚੜ੍ਹਿਆ, ਉਹ ਯਾਰ ਨਹੀਂ ਵੀਰ ਮੇਰਾ ਘੋੜੀ ਚੜ੍ਹਿਆ, ਹਾਂ, ਉੱਥੇ ਵਜਾਉਂਦਾ ਮੇਰਾ ਢੋਲਾ ਭੋਲ ਵਾਲਾ, ਮੇਰਾ ਦੋਸਤ ਹੈ ਭੋਲਾ ਢੋਲ ਵਾਲਾ ਯਾਰ, ਉਹੀ ਉਹੀ ਭਾਜੀ ਬਾਜਕ ਸਾਦੇ ਵਾਲੇ ਦਾ ਮੁੰਡਾ, ਸਾਧਕ ਬਾਜੀ ਵਾਲੇ ਦਾ ਮੁੰਡਾ, ਹਾਂ ਉਹੀ ਉਹੀ ਉਹ ਮੇਰਾ ਬਚਪਨ ਦਾ ਯਾਰ, ਹਾਂ, 5 ਸਾਲ ਬਾਅਦ ਮੈਨੂੰ ਮਿਲਿਆ। ਅੱਛਾ, ਜੱਫੀ ਪਾ ਕੇ ਤੇ ਰੋਣ ਲੱਗ ਪਿਆ। ਓਹੋ, ਮੈਨੂੰ ਕਹਿੰਦਾ ਸੋਹਣਿਆ ਕਿੱਥੇ ਸੀ, ਬੜੇ ਮੂੰਹਾਂ ਬਾਅਦ ਚਿਰ ਵਿਖਾਇਆ। ਉਹ ਮੂੰਹਾਂ ਬਾਅਦ ਚਿਰ ਨਹੀਂ, ਬੜੇ ਚਿਰਾਂ ਬਾਅਦ ਮੂੰਹ ਵਿਖਾਇਆ। ਹਾਂ ਹਾਂ, 5 ਸਾਲ ਬਾਅਦ ਮੈਨੂੰ ਮਿਲਿਆ। ਅੱਛਾ, ਮੈਂ ਜਾ ਕੇ ਕੁੰਡੀ ਖੜਕਾਈ ਤੇ ਉੱਠਾ ਹੀ ਸੁੱਤ ਕੇ ਆ ਗਿਆ। ਸੁੱਤਾ ਹੀ ਉੱਠ ਕੇ ਆ ਗਿਆ। ਹਾਂ, ਉਹਨੇ ਤੂੰ ਵੀ ਨਹੀਂ ਮੋਤਾ, ਮੂੰਹ ਵੀ ਨੀ ਧੋਤਾ, ਮੈਨੂੰ ਕਹਿੰਦਾ ਤੇਰੀ ਆਵਾਜ਼ ਸੁਣ ਕੇ ਦੌੜਾ, ਮੈਂ ਤੇ ਚੱਖਾ ਪਲਦਾ ਛੱਡ ਆਇਆ। ਚੱਖਾ ਨੀ ਬਲਦਾ, ਪੱਖਾ ਚੱਲਦਾ ਛੱਡ ਆਇਆ। ਹਾਂ, ਉਹਦੇ ਪੱਤ ਵਾਲਾ ਚੱਖਾ ਲੱਗਾ ਸੀ ਨਾ, ਛੱਤ ਵਾਲਾ ਪੱਖਾ, ਮੈਂ ਕਿਹਾ ਚੱਖਾ ਪਲਦਾ ਰਹਿੰਦੇ ਜਿਬਲੀ ਕਿਹੜਾ ਆਉਂਦੀ, ਪੱਖਾ ਚੱਲਦਾ ਰਹਿੰਦੇ ਬਿਜਲੀ ਕਿਹੜਾ ਆਉਂਦੀ ਯਾਰ। ਬਚਪਨ ਦਾ ਯਾਰ, ਗਰੀਬ ਆਦਮੀ ਬੇਚਾਰਾ, ਹਾਂ, ਪਗਾ ਨਹੀਂ ਸੀ ਉਹਦੇ ਟੱਲੇ, ਪਗਾ ਨਹੀਂ ਟੱਲੇ, ਪਗਾ ਨਹੀਂ ਸੀ ਉਹਦੇ ਪੱਲੇ ਯਾਰ। ਵੀ ਉਹਨੇ ਸਾਨੂੰ ਪਾ ਦੀਆਂ ਚਾਲੀਆਂ ਪਿਆ, ਚਾਹ ਦੀਆਂ ਪਿਆਲੀਆਂ, ਮੈਂ ਕਿਹਾ ਮੈਂ ਪਾ ਨਹੀਂ ਚੀਨੀ, ਕਹਿੰਦਾ ਮੈਂ ਤੁਹਾਡੀ ਦੁੱਧ ਪੱਤੀ ਬਣਾਈ ਹੈ, ਇਹਨਾਂ ਨੇ ਕਿਹਾ ਮੈਂ ਚਾਹ ਨਹੀਂ ਪੀਣੀ, ਤੇ ਉਹਨੇ ਕਹਿੰਦੇ ਜੀ ਮੈਂ ਤੁਹਾਡੇ ਵਾਸਤੇ ਦੁੱਧ ਪੱਤੀ ਬਣਾਈ ਹੈ। ਵੱਡੀ ਚੈਨਕ ਭਰ ਕੇ ਦੁੱਧ ਪੱਤੀ ਨਾਲ ਸਿਪਕੁੱਟ, ਵੱਡੀ ਚੈਨਕ ਭਰ ਕੇ ਦੁੱਧ ਨਹੀਂ, ਨਾਲ ਬਿਸਕਿਟ, ਬਿਸਕਿਟ, ਹਾਂ, ਰਕੀਮ ਵਾਲੇ ਸਿਪਕੁੱਟ, ਸਿਪਕੁੱਟ ਕਰੀਮ ਵਾਲੇ ਬਿਸਕੁੱਟ, ਹਾਂ, ਪੀਰਾ ਪਲੱਸ, ਜ਼ੀਰਾ ਪਲੱਸ, ਵੱਡੀ ਚੈਨਕ ਦੁੱਧ ਪੱਤੀ ਦੀ ਨਾਲ ਮਠਿਆਈਆਂ, ਚਲਾਬ ਗਾਮਣਾ, ਓਏ ਗੁਲਾਬ ਜਾਮਣਾ ਯਾਰ, ਗੁਲ ਰਸੇ, ਓਏ ਰਸ ਗੁੱਲੇ ਅੰਦਰ ਰਸੇ, ਸੇਮੂ, ਸੇਮੂ ਨਹੀਂ ਮੈਸੂ, ਹਾਂ ਓਹੀ ਓਹੀ ਓਹੀ, ਹਾਂ ਮੈਸੂ, ਬਚਪਨ ਦਾ ਯਾਰ, ਹਾਂ, ਕਹਿੰਦਾ ਬੈਠੋ ਤੁਸੀਂ ਰੋਟੀ ਖਾ ਕੇ ਜਾਣਾ, ਕਹਿੰਦਾ ਪਾਲੂ ਵਾਲਕ ਪੱਕੀ, ਰੋਟੀ ਖਾ ਕੇ ਜਾਣਾ ਆਲੂ ਪਾਲਕ ਪੱਕੀ, ਮੈਂ ਕਿਹਾ ਮੈਂ ਉਹ ਵੀ ਨਹੀਂ ਗਾਣੇ ਫਿਰ ਭਾਜੀ, ਮੈਂ ਕਿਹਾ ਨੱਸ ਕੇ ਘਰ ਜਾ, ਹਾਂ, ਬਾਰਿਸ਼ ਆਉਣ ਵਾਲੀ, ਮੰਜੀਆਂ ਤੋਂ ਕੋਠੇ ਲਾ ਲੈ, ਕੋਠਿਆਂ ਤੋਂ ਮੰਜੀਆਂ ਲਾ ਲੈ, ਇੱਕ ਪਿੰਡ ਮੁੰਡੇ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਸੀ, ਅੱਛਾ, ਮੈਂ ਢਿੱਡ ਮਾਰ ਕੇ ਉਹਦਾ ਚਾਕੂ ਹੀ ਪਾੜਤਾ ਸੀ, ਚਾਕੂ ਮਾਰ ਕੇ ਉਹਦਾ ਢਿੱਡ ਪਾੜਤਾ, ਤੁਸੀਂ ਨਾ ਮੇਰੇ ਕੋ ਵੱਟੇ 'ਚ ਮੱਥਾ ਖਾਣਾ ਹੀ, ਮੱਥੇ 'ਚ ਵੱਟਾ ਖਾਣਾ, ਵੱਟਾ ਖਾਣਾ, ਸਹਾਬਸਾ ਵੱਟਾ, ਜਦੋਂ ਕਸੁੰਨ ਚ ਵੱਖੀ ਖਾਧੀ ਨਾ ਤੁਹਾਨੂੰ ਲੱਗ ਪਤਾ ਜਾਣਾ, ਜਦੋਂ ਵੱਖੀ ਚ ਕਸੁੰਨ ਖਾਧਾ ਨਾ ਉਦੋਂ ਲੱਗ ਪਤਾ ਜਾਂਦਾ। ਮੈਂ ਚੱਲਾਂ ਭਾਜੀ, ਤੁਸੀਂ ਟੂਆ ਭੋਲੋ ਆਪਣਾ, ਓਏ ਬੂਹਾ ਢੋਈ ਦਾ ਟੂਆ ਭੋਲੋ ਕੀ ਯਾਰ, ਮੈਂ ਬਸ ਚੱਲਾਂ, ਤੁਸੀਂ ਆਪਣੇ ਘਰ ਚੰਗੇ ਅਸੀਂ ਖੁਸ਼, ਓਏ ਆਪਣੇ ਤੁਸੀਂ ਆਪਣੇ ਘਰ ਚੰਗੇ ਅਸੀਂ ਆਪਣੇ ਘਰ ਖੁਸ਼, ਹਾਂ, ਇਹ ਮਿਸਾਲ, ਤੁਸੀਂ ਆਪਣੇ ਘਰ ਖੁਸ਼ ਅਸੀਂ ਆਪਣੇ ਘਰ ਚੰਗੇ, ਹਾਂ, ਤੁਸੀਂ ਆਪਣੇ ਘਰ ਚੰਗੇ ਯਾਰ, ਨਹੀਂ ਬਸ ਉਹ ਵੀ ਹੈਗਾ ਨਾ, ਠੀਕ ਹੈ ਯਾਰ, ਖੁਦਾ ਦਾ ਵਾਸਤਾ ਮੈਨੂੰ ਪਾਗਲ ਨਾ ਕਰਦੇ, ਦੋਸਤ ਠੀਕ ਹੈ ਵੈਸੇ ਹੁਣ, ਹਾਂ, ਚਲੋ ਢੋਲਾ ਭੋਲਣਾ, ਭੋਲਾ ਢੋਲਾ, ਹਾਂ ਹਾਂ, ਬਿਮਾਰ ਸੀ ਵਿਚਾਰਾ, ਅੱਛਾ 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 ਅੱਛਾ, ਬੋਤਲ ਨੂੰ ਲੱਗਾ ਸੀ ਹਸਪਤਾਲ,
ਓਏ ਹਸਪਤਾਲ ਨੂੰ ਬੋਤਲ ਲੱਗੀ ਸੀ। ਹਾਂ ਖੇਡਣ ਡਿਆ ਸੀ ਉਹ, ਆਪ ਲੱਗਿਆ ਸੀ ਬੋਤਲ। ਨਹੀਂ ਆਹ ਖੇਡਣ ਡਿਆ ਸੀ, ਨਹੀਂ ਉਹ ਬੋਤਲ ਉਹਨੂੰ ਲੱਗੀ ਸੀ ਡ੍ਰਿਪ। ਹਾਂ ਹਾਂ ਡ੍ਰਿਪ ਲੱਗੀ ਸੀ ਉਹਨੂੰ, ਉਹਨੂੰ ਲੱਗਾ ਸੀ ਬੋਤਲ ਉਹਨੂੰ ਲੱਗੀ ਸੀ। ਹਾਂ ਉਹ ਡ੍ਰਿਪ ਨਹੀਂ ਲਾਉਂਦੇ ਡਾਕਟਰ ਤਬੀਅਤ ਖਰਾਬ, ਉਹ ਬੋਤਲ ਨੂੰ ਕਿਵੇਂ ਲੱਗੀ? ਬਾਥਰੂਮ 'ਚ ਵੜਿਆ ਸਾਬਣ ਉਹਨੂੰ ਲਾਉਣ ਡਿਆ ਸੀ, ਉਹ ਸਾਬਣ ਨੂੰ ਲਾਣ ਡਿਆ ਸੀ। ਹਾਂ ਮਲ ਰਿਹਾ ਸੀ ਸਾਬਣ। ਹਾਂ ਸਾਬਣ ਨੂੰ ਨਹੀਂ ਸੀ ਲਾ ਰਿਹਾ। ਹਾਂ ਚਲੋ ਸ਼ੁਕਰ ਹੈ। ਉਹ ਤਾਂ ਟੂਟੀ ਖੁੱਲੀ, ਟੂਟੀ ਖੁੱਲੀ ਸੀ ਨਲਕੇ ਦੀ, ਟੂਟੀ ਖੁੱਲੀ ਸੀ। ਪਾਣੀ 'ਚ ਲੋਟਾ ਭਰਿਆ ਸੀ, ਲੋਟੇ 'ਚ ਪਾਣੀ ਭਰਿਆ ਆਇਆ ਸੀ ਯਾਰ। ਰਮੰਡਾ ਪੀ ਰਹੇ, ਮਰਿੰਡਾ ਪੀ ਰਹੇ ਆ, ਰਮੰਡਾ ਵੱਖਰੀ ਕੋਈ ਕੋਲਡ ਡਰਿੰਕ ਕੱਢ ਲਈ ਯਾਰ, ਮਰਿੰਡਾ ਪਾਣੀ 'ਚ ਗਲਾਸ ਪਾਇਆ, ਗਲਾਸ ਦੇ ਵਿੱਚ ਪਾਣੀ ਪਿਆ ਯਾਰ, ਪਾਣੀ 'ਚ ਕਿਹੜਾ ਗਲਾਸ ਪੈਂਦਾ? ਕਮਾਲ ਹੋ ਗਿਆ ਸਖਾਵਤ ਸਿੰਘ, ਤੁਸੀਂ ਪਾਗਲ ਹੀ ਕਰਤਾ। ਮੈਂ ਤੁਹਾਨੂੰ ਕਹਿੰਦੀ ਇੱਕ ਅੱਧੀ ਗੱਲ ਕਰਨਾ, ਤੁਸੀਂ ਮੇਰਾ ਵੀ ਤਾਲੂ ਸਾੜਤਾ। ਅੱਜ ਤਾਂ ਕੁੜਤੇ ਨੇ ਤੁਹਾਨੂੰ ਪਾਇਆ, ਪਾਇਆ ਨਾ ਕੁੜਤੇ ਨੂੰ ਮੈਂ ਪਾਇਆ। ਓਹੀ ਹਾਂ ਹਾਂ ਕਾਲ ਵਾਲੇ ਕੀਤੇ ਨੇ ਨਾ ਵਾਲ, ਵਾਲ ਦੇਖ ਰਹੇ ਹੋ ਨਾ ਇਹ ਕਾਲੇ ਕੀਤੇ, ਕਾਲ ਵਾਲੇ ਕੀਤੇ। ਕਾਲ ਟੈਲੀਫੋਨ ਤੋਂ ਹੁੰਦੀ ਏ, ਉੱਥੋਂ ਹੁੰਦੀ ਏ ਕਾਲ, ਕਾਲ ਕਾਲ ਇਹ ਵਾਲ, ਵਾਲ ਕਾਲ ਵਾਲੇ, ਕਾਲ ਵਾਲੇ, ਕਾਲ ਵਾਲੇ ਨਹੀਂ ਬੁਰੇ ਵਾਲੇ, ਆਰਫ ਵਾਲੇ ਉਹ ਨਹੀਂ, ਵਾਲ ਕਾਲੇ। ਲਓ ਜੀ ਫਿਰ ਗਾਣਾ ਸੁਣਾਵਾਂ ਤੁਹਾਨੂੰ। ਹਾਂ ਸੋਏ ਜੱਗ ਸਾਰਾ ਹਮ ਜੋਏ, ਬਾਤੋਂ ਸੇ ਕਰੇ ਤਾਰੇ, ਹੋ ਰਾਤ ਨੀ ਚਾਹੁੰਦੇ, ਹੋ ਰਾਤ ਨੀ ਚਾਹੁੰਦੇ, ਸਭ ਜਗ ਸੋਏ ਹਮ ਜਾਗੇ, ਸੋਏ ਜਾਗ ਸਾਰਾ ਤਾਰੋਂ ਸੇ ਕਰੇ ਬਾਤੇ, ਸਭ ਜਗ ਜਾਗੇ ਹਮ ਸੋਏ, ਬਾਤੋਂ ਸੇ ਕਰੇ ਤਾਰੇ, ਤਾਰੋਂ ਸੇ ਕਰੇ ਬਾਤੇ, ਚਾਂਦਨੀ ਰਾਤ, ਰਾਤ ਨੀ ਚਾਹੁੰਦੇ, ਰਾਤ ਚਾਂਦਨੀ ਰਾਤੇ। ਲਓ ਜੀ ਇਹ ਬੰਦਾ ਤੁਹਾਡਾ ਇੰਟਰਵਿਊ 'ਚ ਲੱਗਿਆ ਗਿਆ, ਮੈਨੂੰ ਇਜਾਜ਼ਤ ਦਿਓ, ਆਪੇ ਨਿਬੜੋ ਇਹਨਾਂ ਨਾਲ। ਚਾਂਦਨੀ ਰਾਤੇ ਸਭ